आओ विरसा संभालिए ना करिए खराबी, आओ विरसा संभालिए ना करिए खराबी, किते डालरां दी महक च ना गवाच जे पंजाबी, जिथे भरे कोई हुंगारा उत्थे बात खोली दी, आओ करिए कोई गल पंजाबी बोली दी, आओ करिए कोई गल पंजाबी बोली दी। पंजाबी बोली दी गल करन वास्ते पंजाबी दे विच ते पंजाबियां दे नाल मैं हाजिर हाँ जी जगतार सिंह जग्गी। सब तो पहला जस पंजाबी देखने वाले ते पंजाबी मां बोली नूं प्यार करन वाले प्यारे प्यारे पंजाबियों नूं मेरे वालों हमेशा की तरह प्यार भरी सत श्री अकाल नमस्कार अदाब सलाम हैलो है ते नाल दी नाल बहुत बहुत निघा स्वागत अज दे इस लाइव शो दे विच। अज दा शो दस देवां साडे दर्शकां नूं मैं साडे न्यूयॉर्क स्टूडियो दे विचों तुहाडे रूबरू कर रहा और न्यूयॉर्क स्टूडियो की गल करिए पिछले लंबा समा साडे प्रोग्राम जिहड़े ने मेरे खास तौर पर ਘਰਾਂ ਵਿੱਚ ਬੈਠੇ ਪੰਜਾਬੀਆਂ ਨੇ ਨਿਊਯਾਰਕ ਸਟੂਡੀਓ ਤੋਂ ਦੇਖੇ ਸੀਗੇ ਅਤੇ ਨਿਊਯਾਰਕ ਸਟੂਡੀਓ ਤੋਂ ਹੀ ਅੱਜ ਪ੍ਰੋਗਰਾਮ ਪੇਸ਼ ਕਰ ਰਹੇ ਹਾਂ। ਨਿਊਯਾਰਕ ਦੇ ਵਿੱਚ ਆਏ ਸੀਗੇ, ਆਉਣ ਵਾਲੇ ਅਗਲੇ ਦਿਨ ਜਿਹੜੇ ਹੈਗੇ ਆ ਇੱਥੇ ਈਸਟ ਕੋਸਟ ਦੇ ਵਿੱਚ ਅਸੀਂ ਨਾਲ ਨਾਲ ਅਪਡੇਟ ਕਰਦੇ ਰਹਾਂਗੇ ਕਿੱਥੇ ਕਿੱਥੇ ਜਾਣਾ, ਅਤੇ ਉਹ ਜ਼ਰੂਰ ਤੁਸੀਂ ਨਾਲ ਜੁੜੇ ਰਹੋ। ਜਸ ਪੰਜਾਬੀ ਦੇ ਵੱਖਰਾ ਰੰਗ ਹੋਏਗਾ, ਵੱਖਰਾ ਪ੍ਰੋਗਰਾਮ ਹੋਏਗਾ। ਗੱਲ ਕਰੀਏ ਅੱਜ ਦੇ ਪ੍ਰੋਗਰਾਮ ਦੀ, ਅੱਜ ਦੇ ਪ੍ਰੋਗਰਾਮ ਦੀ ਸ਼ੁਰੂ ਕਰਨ ਤੋਂ ਪਹਿਲਾਂ ਹੀ ਮੈਂ ਇੱਕ ਬੜੀ ਫਿਰ ਮੈਨੂੰ ਬੜਾ ਦੁੱਖ ਹੋ ਰਿਹਾ ਵੈਸੇ ਵਾਰ ਵਾਰ ਮੰਦਭਾਗੀ ਖਬਰ ਸੁਣਾਉਂਦਿਆਂ ਨੂੰ ਮੈਨੂੰ ਆਪ ਨੂੰ ਐਂ ਮਹਿਸੂਸ ਹੋਣ ਲੱਗ ਪਿਆ ਵੀ ਯਾਰ ਇਹ ਬਹੁਤ ਜ਼ਿਆਦਾ ਮੰਦਭਾਗੀਆਂ ਖਬਰਾਂ ਆ ਰਹੀਆਂ। ਇੱਕ ਸਾਡੇ ਲਹਿੰਦੇ ਪੰਜਾਬ ਤੋਂ ਬਹੁਤ ਹੀ ਬੁਲੰਦ ਬਹੁਤ ਹੀ ਕਮਾਲ ਦੇ ਜਨਾਬ ਸ਼ੌਕਤ ਅਲੀ ਸਾਹਿਬ ਜਿਹੜੇ ਗਾਇਕ ਹੋਏ ਨੇ ਉਹਨਾਂ ਦਾ ਵੀ ਦੇਹਾਂਤ ਹੋ ਗਿਆ, ਉਹ ਵੀ ਪਰਮਾਤਮਾ ਦੇ ਚਰਨਾਂ 'ਚ ਜਾਣ ਵਾਜੇ ਨੇ, ਬਿਮਾਰ ਸੀਗੇ ਕਾਫੀ ਲੰਬੇ ਸਮੇਂ ਤੋਂ। ਸੋ ਅਸੀਂ ਸ਼ੌਕਤ ਅਲੀ ਸਾਹਿਬ ਦੇ ਦੇਹਾਂਤ 'ਤੇ ਵੀ ਜਸ ਪੰਜਾਬੀ ਦੇ ਅਦਾਰੇ ਵੱਲੋਂ ਸਾਰਿਆਂ ਵੱਲੋਂ ਬਹੁਤ ਬਹੁਤ ਦੁੱਖ ਪ੍ਰਗਟ ਕਰਦੇ ਹਾਂ। ਜਿਹੜੇ ਪੰਜਾਬੀ ਮਾਂ ਬੋਲੀ ਦੀ ਸੇਵਾ ਲੰਬੇ ਸਮੇਂ ਤੋਂ ਕਰਦੇ ਆ ਰਹੇ ਸੀਗੇ, ਪੰਜਾਬੀ ਦੇ ਵਿੱਚ ਉਹਨਾਂ ਨੇ ਅਨੇਕਾਂ ਗੀਤ ਗਾਏ, ਹਜ਼ਾਰਾਂ ਗੀਤ, ਸੁਪਰਹਿੱਟ ਗੀਤ ਜਿਹੜੇ ਕਿ ਬਾਅਦ ਦੇ ਵਿੱਚ ਸਾਡੇ ਚੜ੍ਹਦੇ ਪੰਜਾਬ ਦੇ ਗਾਇਕਾਂ ਨੇ ਵੀ ਗਾਏ ਆ, ਔਰ ਚੜ੍ਹਦੇ ਪੰਜਾਬ ਦੇ ਗਾਇਕਾਂ ਨੇ ਵੀ ਉਹ ਗਾਣੇ ਗਾ ਕੇ ਪੂਰੀਆਂ ਬੁਲੰਦੀਆਂ ਹਾਸਲ ਕੀਤੀਆਂ, ਪੂਰੇ ਜਿਹੜੇ ਕਿ ਨਾਮਣਾ ਹਾਸਲ ਕੀਤਾ ਅਤੇ ਚੰਗਾ ਨਾਵਾਂ ਵੀ ਉਹਨਾਂ ਗੀਤਾਂ ਤੋਂ ਕਮਾਇਆ ਸਾਡੇ ਪੰਜਾਬ ਦੇ ਗਾਇਕਾਂ ਨੇ। ਸੋ ਸ਼ੌਕਤ ਅਲੀ ਸਾਹਿਬ ਦੀ ਗੱਲ ਕਰੀਏ ਤਾਂ ਛੱਲਾ ਜਿਹੜਾ ਗੁਰਦਾਸ ਮਾਨ ਸਾਹਿਬ ਦਾ ਅਸੀਂ ਸਮਝਦੇ ਮਸ਼ਹੂਰ ਹੋਇਆ ਬਹੁਤ, ਉਸ ਤੋਂ ਪਹਿਲਾਂ ਸ਼ੌਕਤ ਅਲੀ ਸਾਹਿਬ ਨੇ ਗਾਏ, ਉਸ ਤੋਂ ਪਹਿਲਾਂ ਵੀ ਹੋਰ ਪਾਕਿਸਤਾਨੀ ਗਾਇਕਾਂ ਨੇ ਬਹੁਤ ਗਾਏ ਨੇ, ਹੋਰ ਬਹੁਤ ਸਾਰੇ ਗੀਤ ਜਿਹੜੇ ਬਹੁਤ ਸਾਰੇ ਗਾਇਕਾਂ ਨੇ ਗਾਏ ਨੇ ਉਹ ਸ਼ੌਕਤ ਅਲੀ ਸਾਹਿਬ ਦੇ ਹੈਗੇ ਨੇ। ਆਪਾਂ ਲੰਬੀ ਗੱਲ ਨਾ ਕਰੀਏ, ਮੈਂ ਇੰਨੀ ਗੱਲ ਕਹਾਂ ਮੈਨੂੰ ਵੀ ਸ਼ੌਕਤ ਅਲੀ ਸਾਹਿਬ ਨੂੰ ਇੱਕ ਹਫ਼ਤਾ ਕੁ ਮਿਲਣ ਦਾ ਮੌਕਾ ਮਿਲਿਆ, ਇਕੱਠੇ ਰਹਿਣ ਦਾ ਮੌਕਾ ਮਿਲਿਆ। ਸਮਾਂ ਸੀ ਜਦੋਂ ਭਗਵੰਤ ਮਾਨ ਉਹਨਾਂ ਦਾ ਵਿਆਹ ਸੀ ਅਤੇ ਸ਼ੌਕਤ ਅਲੀ ਸਾਹਿਬ ਅਤੇ ਉਹਨਾਂ ਦਾ ਬੇਟਾ ਉਚੇਚੇ ਤੌਰ 'ਤੇ ਪਾਕਿਸਤਾਨ ਤੋਂ ਆਏ ਸੀਗੇ, ਅਤੇ ਮੈਂ ਹੀ ਉਹਨਾਂ ਨੂੰ ਜਾ ਕੇ ਵਾਹਗਾ ਬਾਰਡਰ ਤੋਂ ਲੈ ਕੇ ਆਇਆ ਸੀ, ਅਟਾਰੀ ਤੋਂ, ਅਤੇ ਵਾਹਗਾ ਬਾਰਡਰ ਤੱਕ ਤਾਂ ਨਹੀਂ ਗਏ ਸੀ, ਜਿਹੜਾ ਆਪਣਾ ਬਾਰਡਰ ਹੈਗਾ ਉੱਥੇ ਉਹ ਆ ਗਏ ਸੀਗੇ, ਅਤੇ ਉੱਥੋਂ ਮੈਂ ਲੈ ਕੇ ਉਹਨਾਂ ਨੂੰ ਪਟਿਆਲੇ ਆਇਆ ਸੀ, ਤਾਂ ਅਸੀਂ ਕਾਫੀ ਦੇਰ ਇਕੱਠੇ ਰਹੇ। ਸੋ ਬੜਾ ਦੁੱਖ ਹੋ ਰਿਹਾ ਅੱਜ ਉਹਨਾਂ ਦੀ ਖਬਰ ਵੀ ਸਾਂਝੀ ਕਰਕੇ। ਜਿਵੇਂ ਸਿਆਣੇ ਕਹਿੰਦੇ ਜੀ ਸਾਰਾ ਕੁਛ ਨਾਲ ਨਾਲ ਚੱਲੀ ਜਾਣਾ, ਚੰਗਾ ਵੀ ਮਾੜਾ ਵੀ ਦੁੱਖ ਵੀ ਸੁੱਖ ਵੀ ਜ਼ਿੰਦਗੀ ਦੇ ਨਾਲ ਨੇ, ਜ਼ਿੰਦਗੀ ਦਾ ਹਿੱਸਾ ਨੇ। ਸੋ ਇਸੇ ਤਰ੍ਹਾਂ ਦੁਨੀਆ ਵੀ ਕਹਿੰਦੇ ਚੱਲਦੀ ਜਾਣੀ ਹੈ, ਸ਼ੋਅ ਮਸਟ ਗੋ ਔਨ, ਇਹ ਵੀ ਅਸੀਂ ਅਕਸਰ ਗੱਲ ਕਰੀਦੀ ਹੈ ਕਿ ਸ਼ੋਅ ਮਸਟ ਗੋ ਔਨ। ਅੱਜ ਦਾ ਸ਼ੋਅ ਵੀ ਮਸਟ ਗੋ ਔਨ, ਪਰ ਅੱਜ ਦਾ ਸ਼ੋਅ ਵੱਖਰਾ ਰੰਗ ਥੋੜ੍ਹਾ ਜਿਹਾ ਪੇਸ਼ ਕਰਾਂਗੇ ਤੁਹਾਡੇ ਰੂਬਰੂ, ਕਿਉਂਕਿ ਪਾਕਿਸਤਾਨ ਦੇ ਮੇਲਿਆਂ ਦੀ ਗੱਲ ਕਰੀਏ ਜਾਂ ਭਾਰਤ ਦੇ ਵਿੱਚ ਵੀ ਮੇਲਿਆਂ ਦੀ ਗੱਲ ਕਰੀਏ, ਭਾਰਤ ਦੇ ਵਿੱਚ ਵੀ ਉਹਨਾਂ ਨੇ ਬਹੁਤ ਸਾਰੇ ਮੇਲੇ ਕੀਤੇ ਸ਼ੌਕਤ ਅਲੀ ਸਾਹਿਬ ਨੇ, ਤਾਂ ਮੇਲੇ ਸਾਡੇ ਪੰਜਾਬ ਦੀ ਸਾਡੇ ਪੰਜਾਬੀਆਂ ਦੀ ਜਿੰਦ ਜਾਨ ਨੇ। ਉਹ ਵੱਖਰੀ ਗੱਲ ਹੈ ਵੀ ਮੇਲਿਆਂ ਦਾ ਰੰਗ ਰੂਪ ਬਦਲ ਗਿਆ, ਚਿਹਰਾ ਮੋਹਰਾ ਬਦਲ ਗਿਆ। ਪਹਿਲੇ ਮੇਲੇ ਅਗਰ ਅਸੀਂ ਯਾਦ ਕਰੀਏ, ਸਾਡੇ ਦਰਸ਼ਕਾਂ ਨੂੰ ਯਾਦ ਹੋਣਗੇ, ਤਾਂ ਜਦੋਂ ਜਾਂਦੇ ਸੀ ਮੇਲੇ ਨੂੰ ਪੈਦਲ, ਵਾਹਵਾ ਛੋਟੇ ਛੋਟੇ ਜਦੋਂ ਹੁੰਦੇ ਸੀਗੇ ਅਤੇ ਪ੍ਰੈਸਾਂ ਪ੍ਰੁਸਾਂ ਤੋਂ ਹੁੰਦੀਆਂ ਨਹੀਂ ਸੀ, ਲਾਈਟ ਵੀ ਨਹੀਂ ਹੁੰਦੀ ਸੀ, ਬਾਹਲੀ ਪ੍ਰੈਸ ਤੱਕ ਹੀ ਹੋਣੀ, ਅਤੇ ਪਜਾਮਾ ਜਿਹੜਾ ਉਹਦੀ ਤਹਿ ਲਾ ਕੇ ਸਿਰਹਾਣੇ ਥੱਲੇ ਰੱਖ ਲੈਣਾ ਰਾਤ ਨੂੰ, ਅਤੇ ਸਵੇਰੇ ਉਹੀ ਪ੍ਰੈਸ ਕੀਤਾ ਪਾ ਕੇ ਮੇਲੇ ਜਾਣਾ, ਅਤੇ ਉਹ ਵੀ ਇੱਕ ਵੱਖਰਾ ਨਜ਼ਾਰਾ। ਜਦੋਂ ਮਾਂ ਬਾਪ ਨਾਲ ਜਾਂਦੇ ਹੁੰਦੇ ਸੀ ਉਹ ਵੀ ਵੱਖਰਾ ਨਜ਼ਾਰਾ ਸੀ, ਫਿਰ ਮੇਲੇ ਦੇ ਵਿੱਚ ਖਾਂਦੇ ਸੀ, ਵੈਸੇ ਕਹਿੰਦੇ ਮਿੱਟੀ ਘੱਟਾ ਧੂੜ ਅਤੇ ਧੁੱਪ ਮੇਲੇ ਵਿੱਚ ਹੁੰਦੀ ਹੈ, ਅਤੇ ਪਰ ਉਸੇ ਦਾ ਇੱਕ ਵੱਖਰਾ ਨਜ਼ਾਰਾ ਹੁੰਦਾ ਸੀ। ਹੁਣ ਕਿਉਂਕਿ ਇੱਕ ਤਾਂ ਦੁਬਾਰਾ ਮੇਲੇ ਸ਼ੁਰੂ ਹੋ ਰਹੇ ਨੇ ਪੂਰੀ ਦੁਨੀਆ ਦੇ ਵਿੱਚ, ਕਿਉਂਕਿ ਕੋਵਿਡ ਦਾ ਜਿਹੜਾ ਹੁਣ ਕੰਮ ਮੱਠਾ ਹੋ ਗਿਆ, ਲਗਭਗ ਖਤਮ ਹੋਣ ਦੇ ਕਿਨਾਰੇ ਹੀ ਲੱਗਦਾ, ਅਤੇ ਮੇਲਿਆਂ ਦੀ ਸ਼ੁਰੂਆਤ ਹੋ ਗਈ ਹੈ। ਸੋ ਪੰਜਾਬ ਦੇ ਮੇਲਿਆਂ ਦੀ ਵੀ ਅਸੀਂ ਗੱਲ ਕਰਾਂਗੇ, ਬਾਹਰਲੇ ਮੇਲਿਆਂ ਦੀ ਗੱਲ ਕਰਾਂਗੇ। ਅੱਜ ਦੇ ਪ੍ਰੋਗਰਾਮ ਦੀ ਖਾਸੀਅਤ ਇਹ ਹੋਏਗੀ, ਖਾਸ ਗੱਲ ਇਹ ਹੋਏਗੀ ਕਿ ਅੱਜ ਦੇ ਪ੍ਰੋਗਰਾਮ 'ਚ ਅਸੀਂ ਸਿੱਧੇ ਤੁਹਾਨੂੰ ਆਸਟ੍ਰੇਲੀਆ ਲੈ ਚੱਲਾਂਗੇ, ਔਰ ਲਾਈਵ ਉੱਥੇ ਜਿਹੜਾ ਇੱਕ ਮੇਲਾ ਮਨਾਇਆ ਜਾ ਰਿਹਾ ਵਿਸਾਖੀ ਮੇਲਾ ਮੀਡੀਆ ਗਰੁੱਪ ਵੱਲੋਂ, ਉਹ ਵਿਸਾਖੀ ਮੇਲੇ ਦਾ ਸਿੱਧਾ ਪ੍ਰਸਾਰਣ ਵੀ ਤੁਹਾਨੂੰ ਥੋੜ੍ਹਾ ਬਹੁਤ ਵਿੱਚ ਦਿਖਾਵਾਂਗੇ, ਅਤੇ ਬਾਕੀ ਗੱਲਬਾਤ ਕਰਦੇ ਹਾਂ, ਜਾਣਦੇ ਹਾਂ ਉੱਥੋਂ ਕਿ ਉੱਥੇ ਦੇ ਵਿਸਾਖੀ ਮੇਲਿਆਂ ਦੇ ਕੀ ਰੰਗ ਨੇ। ਸਾਡੇ ਨਾਲ ਅੱਜ ਜੁੜੇ ਨੇ ਫਿਰ ਰੌਬੀ ਬੈਨੀਪਾਲ ਰਾਬਤਾ ਮੀਡੀਆ ਆਸਟ੍ਰੇਲੀਆ ਤੋਂ, ਉਹਨਾਂ ਨਾਲ ਗੱਲ ਕਰਦੇ ਹਾਂ। ਜੀ ਰੌਬੀ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
ਸਤਿ ਸ਼੍ਰੀ ਅਕਾਲ ਜੀ, ਇੱਕ ਵਾਰੀ ਫਿਰ ਤੋਂ ਆਵਾਜ਼ ਮਾਰਨ ਦੇ ਲਈ ਤੇ ਤੁਸੀਂ ਚੜ੍ਹਦੇ ਵਾਲੇ ਪਾਸੇ ਬੈਠੇ ਹੋਗੇ ਅਮਰੀਕਾ ਦੇ, ਚੜ੍ਹਦੇ ਵਾਲੇ ਪਾਸਿਓਂ ਸੂਰਜ ਦੀਆਂ ਕਿਰਨਾਂ ਵਾਂਗ ਸਾਡੀ ਵੀ ਜਿਹੜੀ ਨਮਸਕਾਰ ਸਤਿ ਸ਼੍ਰੀ ਅਕਾਲ ਕੈਲੀਫੋਰਨੀਆ ਤੱਕ ਸਾਰਿਆਂ ਨੇ ਪ੍ਰਵਾਨ ਕਰਨੀ ਜੀ। ਜੀ ਬਲਕਿ ਦੂਜੀ ਗੱਲ ਤਾਂ ਇਹ ਹੈ ਕਿ ਤੁਸੀਂ ਚਲੋ ਹੈਗੇ ਬੇਸ਼ੱਕ ਦੂਜੇ ਪਾਸੇ ਹੋ ਪਰ ਹੈਗੇ ਬਹੁਤ ਮੂਹਰੇ ਹੋ ਅਮਰੀਕਾ ਤੋਂ ਜੀ। ਤੁਸੀਂ ਹੁਣ ਇਸ ਵੇਲੇ ਸ਼ਨੀਵਾਰ ਦੀ ਦੁਪਹਿਰ ਦੀ ਧੁੱਪ ਦਾ ਨਿੱਘ ਮਾਰ ਰਹੇ ਹੋ ਤੇ ਅਸੀਂ ਹਜੇ ਸ਼ੁੱਕਰਵਾਰ 'ਚ ਬੈਠੇ ਹਾਂ। ਤੇ ਚਲੋ ਅਸੀਂ ਪਹਿਲਾਂ ਜ਼ਰੂਰ, ਤੁਸੀਂ ਵੀ ਬਹੁਤ ਲੰਬੇ ਸਮੇਂ ਤੋਂ ਮੀਡੀਆ ਨਾਲ ਜੁੜੇ ਹੋ, ਰੌਬੀ ਜੀ ਬਹੁਤ ਲੰਬੇ ਸਮੇਂ ਤੋਂ ਪੰਜਾਬੀਅਤ ਦੇ ਨਾਲ ਜੁੜੇ ਹੋ, ਪੰਜਾਬੀਅਤ ਦੀ ਸੇਵਾ ਕਰ ਰਹੇ ਹੋ ਵੱਖ ਵੱਖ ਤਰੀਕਿਆਂ ਦੇ ਨਾਲ, ਈਵਨ ਕਿ ਸੋਸ਼ਲ ਸੇਵਾ ਵੀ ਤੁਸੀਂ ਬਹੁਤ ਨਿਭਾਉਂਦੇ ਆ ਰਹੇ ਹੋ, ਸਾਰੀ ਆਪਾਂ ਸਮੇਂ ਸਮੇਂ 'ਤੇ ਗੱਲ ਕਰੀਦੀ ਆ। ਅਤੇ ਮੈਂ ਜ਼ਰੂਰ ਮੇਲੇ ਵੱਲ ਜਾਣ ਤੋਂ ਪਹਿਲਾਂ ਸ਼ੌਕਤ ਅਲੀ ਸਾਹਿਬ ਦਾ ਜ਼ਰੂਰ ਇੱਕ ਵਾਰੀ ਜ਼ਿਕਰ ਕਰਨਾ ਚਾਹੁੰਦਾ। ਤੁਸੀਂ ਵੀ ਚੰਗੀ ਤਰ੍ਹਾਂ ਜਾਣਦੇ ਹੋਵੋਗੇ, ਸ਼ਾਇਦ ਆਪਾਂ ਇਕੱਠੇ ਸੀ ਜਦੋਂ ਪਟਿਆਲੇ ਆਏ ਸੀ ਜੀ। ਬਹੁਤ ਦੁਖਦਾਈ ਖਬਰ ਆ ਜੀ ਇਹ। ਸਮੇਂ ਦੀ ਰਫਤਾਰ ਦੇ ਨਾਲ ਜਦੋਂ ਵੀ ਕੋਈ ਏਦਾਂ ਦੀ ਗੱਲ ਹੁੰਦੀ ਹੈ ਕਿ ਜਦੋਂ ਅਸੀਂ ਕਿਸੇ ਹੀਰੇ ਨੂੰ ਲੂਜ਼ ਕਰਦੇ ਹਾਂ ਆਪਣੀ ਮਾਲਾ ਦੇ ਉਸ ਪੂਰੀ ਚੇਨ ਦੇ ਵਿੱਚੋਂ, ਤਾਂ ਮੇਰੇ ਇੱਕ ਚੀਜ਼ ਯਾਦ ਆਉਂਦੀ ਹੁੰਦੀ ਆ। ਮਹਾਭਾਰਤ ਦੇ ਅੱਗੇ ਇੱਕ ਉਹ ਚੱਲਦਾ ਹੁੰਦਾ ਸੀਗਾ ਸਮੇਂ ਦਾ, ਮੈਂ ਸਮੇਂ ਹੂੰ ਮੈਂ ਸਮਾਂ। ਸੋ ਸਾਈਕਲ ਹੈਗਾ ਜਿਹੜਾ ਉਹ ਸਮੇਂ ਦਾ ਸਾਈਕਲ ਉਹ ਚੱਲ ਰਿਹਾ ਜੀ, ਔਰ ਉਸ ਦੇ ਵਿੱਚ ਇਹ ਜਿਹੜੇ ਏਦਾਂ ਦੇ ਨਾਮ ਨੇ, ਪਿਛਲੇ ਕੁਛ ਸਮੇਂ ਦੇ ਵਿੱਚ ਅਸੀਂ ਬੜੇ ਵੱਡੇ ਵੱਡੇ ਨਾਮ ਜਿਹੜੇ ਸੰਗੀਤ ਦੇ ਇੰਡਸਟਰੀ ਦੇ ਵਿੱਚ ਸੀਗੇ ਉਹਨਾਂ ਨੂੰ ਲੂਜ਼ ਕੀਤਾ। ਅਜੇ ਸਰਦੂਲ ਸਿਕੰਦਰ ਜੀ ਹੋਰਾਂ ਦਾ ਜਿਹੜਾ ਪੇਂਟ ਗਿਆ ਥੋੜਾ ਬਹੁਤ ਹਰ ਇੱਕ ਪੰਜਾਬੀ ਦੇ ਮਨ ਦੇ ਵਿੱਚ ਜਿੱਦਾਂ ਵੀ ਉਹ ਫੀਲ ਹੁੰਦਾ ਸੀਗਾ, ਤਾਂ ਉਸ ਤੋਂ ਬਾਅਦ ਏਦਾਂ ਦੀਆਂ ਜਿਹੜੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਉਹਨਾਂ ਨੂੰ ਡਾਇਜੈਸਟ ਕਰਨਾ ਥੋੜਾ ਔਖਾ ਲੱਗਦਾ ਗਾ। ਦੂਜੀ ਗੱਲ ਇਹ ਆ ਕਿ ਇਹ ਲੋਕ ਸੀਗੇ ਜਿਹੜੇ ਇਹ ਜਿੱਦਾਂ ਇਹ ਪੰਜਾਬਾਂ ਨੂੰ ਜੋੜਦੇ ਸੀਗੇ, ਅਸਲ ਦੇ ਵਿੱਚ ਇਹ ਬ੍ਰਿਜ ਸੀਗੇ, ਭਾਸ਼ਾਵਾਂ ਦੇ ਵਿੱਚ ਬ੍ਰਿਜ ਸੀਗੇ। ਤੇ ਇਹਨਾਂ ਦੀ ਬੋਲੀ, ਇਹਨਾਂ ਦੀ ਜਿਹੜੀ ਗੱਲਬਾਤ ਸੀ ਜਾਂ ਇਹਨਾਂ ਦੀ ਸਿੰਗਿੰਗ ਸੀਗੀ ਉਹ ਕਮਰਸ਼ੀਅਲ ਨਾ ਹੋ ਕੇ, ਭਾਵੇਂ ਜਿੱਦਾਂ ਤੁਸੀਂ ਸ਼ੁਰੂ ਦੇ ਵਿੱਚ ਗੱਲ ਕੀਤੀ ਆ ਕਮਰਸ਼ੀਅਲ ਨਾ ਹੋ ਕੇ, ਇਹ ਉਹਨਾਂ ਖਿੱਤਿਆਂ 'ਚ ਉੱਠ ਕੇ ਆਏ ਸੀ ਜਿੱਥੇ ਪੰਜਾਬ ਅਸਲੀ ਪੰਜਾਬ ਵਸਦਾ। ਬਿਲਕੁਲ। ਸੋ ਦੁੱਖ ਆ ਜੀ, ਬਹੁਤ ਜ਼ਿਆਦਾ ਦੁੱਖ ਆ, ਔਰ ਮੇਰੇ ਤਰ੍ਹਾਂ ਸਾਰੇ ਪੰਜਾਬੀਆਂ ਨੂੰ ਹੋਊਗਾ। ਸਾਡੇ ਕੋਲ ਕਈ ਵਾਰੀ ਸ਼ਬਦ ਹੁੰਦੇ ਆ, ਅਸੀਂ ਵਿਅਕਤ ਕਰ ਲੈਂਦੇ ਹਾਂ, ਕੁਛ ਲੋਕ ਨਹੀਂ ਵਿਅਕਤ ਕਰਦੇ ਜੀ। ਅਸੀਂ ਜ਼ਿਕਰ ਕਰਨਾ ਚਾਹੁੰਦੇ, ਵੇਖੋ ਕਿੰਨਾ ਖੁੱਲ੍ਹਾ ਗਲਾ ਸੀ ਉਹਨਾਂ ਦਾ। ਉਹ ਪਤਾ ਨਹੀਂ ਇੱਥੇ ਆਏ ਸੀ ਜਦੋਂ ਬਾਬੂ ਸਿੰਘ ਮਾਨ ਉਹਨਾਂ ਨੂੰ ਕਹਿੰਦੇ ਭਗਵੰਤ ਮਾਨ ਦੇ ਵਿਆਹ 'ਤੇ ਜਦੋਂ ਆਏ ਸੀ, ਕਹਿੰਦੇ ਵੀ ਸ਼ੌਕਤ ਸਾਹਿਬ ਜੱਗਾ ਅਸਲੀ ਤਾਂ ਤੁਸੀਂ ਹੀ ਗਾਉਂਦੇ ਹੋ, ਜਿਹੜਾ ਅਸਲੀ ਜੱਗਾ ਤੁਸੀਂ ਹੀ ਗਾਇਆ, ਇੱਧਰਲੇ ਸਾਡੇ ਤਾਂ ਜੱਗੀਆਂ ਹੀ ਗਾਉਂਦੇ ਨੇ, ਕਹਿੰਦੇ ਕਿਸੇ ਦੀ ਇੰਨੀ ਖੁੱਲ੍ਹੀ ਆਵਾਜ਼ ਹੈ ਨਹੀਂ, ਇੰਨਾ ਖੁੱਲ੍ਹਾ ਗਲਾ ਹੈ ਨਹੀਂ। ਛੱਲਾ ਵੀ ਜਿਹੜਾ ਉਹ ਗਾ ਗਏ ਅਤੇ ਬਾਕੀ ਛੱਲਾ ਚਲੋ ਬਹੁਤ ਲੋਕਾਂ ਨੇ ਆਪਾਂ ਆਪਣੇ ਅੰਦਾਜ਼ 'ਚ ਗਾਇਆ। ਅੱਛਾ, ਅਸੀਂ ਰੌਬੀ ਸਾਹਿਬ ਗੱਲ ਕਰਾਂਗੇ, ਤੁਸੀਂ ਅੱਜ ਮੈਨੂੰ ਦਿਸ ਰਹੇ ਗਰਾਊਂਡ ਦੇ ਵਿੱਚ ਬੈਠੇ ਹੋ, ਨਾਲ ਦੀ ਨਾਲ ਇਹ ਵੀ ਪਤਾ ਕਿ ਉੱਥੇ ਇੱਕ ਵਿਸਾਖੀ ਮੇਲਾ ਅੱਜ ਮਨਾਇਆ ਜਾ ਰਿਹਾ ਆਸਟ੍ਰੇਲੀਆ ਦੇ ਵਿੱਚ। ਅਸੀਂ ਮੇਲਿਆਂ ਦਾ ਜ਼ਿਕਰ ਜਿੱਥੇ ਕਰਾਂਗੇ, ਉੱਥੇ ਸਭ ਤੋਂ ਪਹਿਲਾ ਸਵਾਲ ਇਹ ਆਏਗਾ ਸਾਡੇ ਸਾਰਿਆਂ ਦੇ ਜ਼ਿਹਨ ਦੇ ਵਿੱਚ ਕਿ ਕੀ ਮੇਲਿਆਂ ਦਾ ਮਾਹੌਲ ਸ਼ੁਰੂ ਹੋ ਗਿਆ ਵਰਲਡ ਦੇ ਵਿੱਚ ਜਾਂ ਇਕੱਲੇ ਆਸਟ੍ਰੇਲੀਆ 'ਚ ਹੀ ਲੱਗਦਾ? ਵਰਲਡ ਦੇ ਵਿੱਚ ਤਾਂ ਨਹੀਂ ਅਜੇ ਮੇਰੇ ਖਿਆਲ ਦੇ ਵਿੱਚ ਉਦਾਂ ਦੀ ਸਿਚੁਏਸ਼ਨ ਬਣੀ। ਆਸਟ੍ਰੇਲੀਆ ਸ਼ੁਰੂ ਤੋਂ ਹੈਲਥ ਦੇ ਮਾਮਲੇ ਦੇ ਵਿੱਚ ਬਹੁਤ ਪ੍ਰਕੋਸ਼ਨ ਰੱਖਦਾ ਗਾ। ਆਸਟ੍ਰੇਲੀਆ ਦੀ ਧਰਤੀ ਦੇ ਵਿੱਚ ਕੁਦਰਤ ਦੀ ਉਹ ਕ੍ਰਿਸ਼ਮਾ ਨਹੀਂ ਹੈ ਜਿਹੜਾ ਪੰਜਾਬ ਦੀ ਧਰਤੀ 'ਤੇ ਆ। ਮੈਂ ਭਾਵੇਂ ਪਿਛਲੇ 15 ਸਾਲਾਂ ਦੇ ਕਰੀਬ ਵਸਦਾ ਗਾ, ਪਰ ਫਿਰ ਵੀ ਪੰਜਾਬ ਦੇ ਵਿੱਚ ਜੋ ਆ, ਪੰਜਾਬ ਦੀ ਮਿੱਟੀ ਦੇ ਵਿੱਚ ਜੋ ਆ, ਉਹ ਦੁਨੀਆਂ ਦੀ ਕਿਸੇ ਵੀ ਮਿੱਟੀ ਦੇ ਵਿੱਚ ਨਹੀਂ ਹੈ। ਜ਼ਖਮ ਦੇ ਉੱਪਰ ਲਾ ਕੇ ਉਹਨੂੰ ਠੀਕ ਕਰ ਦਿੰਦੀ ਆ, ਭਾਵੇਂ ਉਹਨੂੰ ਅਸੀਂ ਕਿੰਨੀ ਦੂਸ਼ਿਤ ਕਹੀ ਜਾਈਏ, ਕਿੰਨੀ ਉਹਦੇ ਵਿੱਚ ਯੂਰੀਆ ਪਾਈ ਜਾਈਏ, ਕੁਛ ਕਰੀ ਜਾਈਏ। ਇੱਥੇ ਫਿਰ ਜਦੋਂ ਇੱਦਾਂ ਦੇ ਮਾਹੌਲ ਹੈਗਾ, ਇੱਥੋਂ ਦੀ ਜਿਹੜੀਆਂ ਸਰਕਾਰਾਂ ਨੇ ਬਹੁਤ ਅਲਰਟ ਨੇਗੀਆਂ। ਇੱਥੇ ਜਦੋਂ ਵੀ ਕੋਈ ਏਅਰਪੋਰਟ ਤੇ ਉਤਰਦਾ ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਉਹਦੀਆਂ ਸਕਰੀਨਿੰਗਸ ਹੁੰਦੀਆਂ ਨੇਗੀਆਂ, ਉਸ ਕਰਕੇ ਇੱਥੇ ਕਾਫੀ ਅਲਰਟ ਰਹੇ ਨੇ ਹੈਲਥ ਪ੍ਰਤੀ। ਐਡੀਲਡ ਸਿਟੀ ਜ਼ਿਆਦਾ ਹੀ ਬਲੈਸਡ ਰਹੀ ਹੈਗੀ, ਸਿਰਫ 4 ਪੂਰੇ ਕੋਵਿਡ ਦੇ ਦੌਰਾਨ ਸਿਰਫ 4 ਮੌਤਾਂ ਹੋਈਆਂ ਇੱਥੇ, ਉਹ ਵੀ ਕਾਫੀ ਓਲਡ ਪੀਪਲ ਸੀਗੇ ਜਿਨ੍ਹਾਂ ਦੀ ਮੌਤ ਹੋਈ ਆ ਸ਼ੁਰੂ ਸ਼ੁਰੂ ਦੇ ਦਿਨਾਂ ਦੇ ਵਿੱਚ। ਉਸ ਤੋਂ ਬਾਅਦ ਕੋਈ ਲੰਬਾ ਲੋਕਡਾਊਨ ਨਹੀਂ ਗਿਆ ਇਸ ਸਿਟੀ ਦੇ ਵਿੱਚ। ਅੱਛਾ, ਲੋਕਾਂ ਨੇ ਜ਼ਿਆਦਾ ਸਪੋਰਟ ਕੀਤੀ, ਪਰ ਪੰਜਾਬੀ ਕਮਿਊਨਿਟੀ ਦੇ ਵਿੱਚ ਜੇ ਮੈਂ ਕਹਾਂ ਜਾਂ ਇੰਡੀਅਨ ਕਮਿਊਨਿਟੀ ਦੇ ਵਿੱਚ ਕਹਾਂ, ਤੇ ਪਹਿਲਾਂ ਹੀ ਮੇਲਾ ਗਾ। ਇਸ ਤੋਂ ਪਹਿਲਾਂ ਇੱਕ ਹੋਲੀ ਮੇਲਾ ਹੋਇਆ ਜਿਸ ਦੇ ਵਿੱਚ ਤਾਂ ਅਲੱਗ ਤਰ੍ਹਾਂ ਦਾ ਇਕੱਠ ਸੀਗਾ, ਪਰ ਇਹ ਜਿਹੜਾ ਇੱਕ ਪੰਜਾਬੀ ਸੱਭਿਆਚਾਰ ਨੂੰ ਜਿਹੜਾ ਦਰਸਾਉਂਦਾ ਮੇਲਾ, ਇਹ ਪਹਿਲਾ ਮੇਲਾ ਜਿਹਦੇ ਵਿੱਚ ਮੈਨੂੰ ਲੱਗਦਾ ਵੀ ਬਹੁਤ ਹੀ ਭਰਮਾ ਇਕੱਠ ਹੋਣਾ ਇੱਥੇ। ਸੁਭਾਅ ਹੀ ਅਜੇ ਸਵੇਰੇ ਸਵੇਰੇ ਸਾਰੇ ਆਪਣੀਆਂ ਸਟਾਲਸ ਵਗੈਰਾ ਲਾ ਰਹੇ ਨੇ, ਅਜੇ ਭਖਣਾ ਪੂਰਾ ਦਿਨ, ਤੇ ਮੇਲਾ ਬਹੁਤ ਵਧੀਆ ਤਰੀਕੇ ਨਾਲ ਡਿਜ਼ਾਈਨ ਕੀਤਾ ਗਿਆ ਜੀ। ਤੇ ਇੱਥੇ ਦੀਆਂ ਕੀ ਗਾਈਡਲਾਈਨ ਨੇ ਹਜੇ ਇਕੱਠੇ ਹੋਣ ਦੀਆਂ, ਲੋਕਾਂ ਦੀਆਂ ਕੋਈ ਪ੍ਰੋਬਲਮ ਤਾਂ ਨਹੀਂ? ਜਿਵੇਂ ਬਹੁਤ ਸਾਰੇ ਲੋਕਾਂ ਦੇ ਵਿੱਚ, ਬਹੁਤ ਸਾਰੇ ਮੁਲਕਾਂ ਦੇ ਵਿੱਚ 25% ਆਕੂਪੈਂਸੀ ਰੱਖ ਸਕਦੇ ਹਾਂ, ਬਹੁਤ ਸਾਰੇ ਮੁਲਕਾਂ ਦੇ ਵਿੱਚ ਕੁਛ ਹੈ, ਆਸਟ੍ਰੇਲੀਆ ਦੇ ਵਿੱਚ ਇਹੋ ਜਿਹਾ ਕੁਛ ਨਹੀਂ, ਜਿੰਨੇ ਮਰਜ਼ੀ ਇਕੱਠੇ ਹੋ ਸਕਦੇ ਜਾਂ ਇੱਥੇ ਵੀ ਹੈ?
ਆਸਟ੍ਰੇਲੀਆ ਦੇ ਵਿੱਚ ਇੱਕ ਚੀਜ਼ ਹੋਰ ਬੜੀ ਮੈਂ ਇੱਥੇ ਜੋੜੂੰਗਾ ਇਹਦੇ ਵਿੱਚ ਪੰਜਾਬੀ ਹੋਣ ਦੇ ਨਾਤੇ ਜੋ ਵੀ ਪੰਜਾਬੀ ਦੁਨੀਆ ਦੇ ਵਿੱਚ ਸੁਣਦਾ ਇਸ ਗੱਲ ਤੇ ਥੋੜਾ ਜਿਹਾ ਧਿਆਨ ਦੇਵੇ ਜੀ ਆਸਟ੍ਰੇਲੀਆ ਦੇ ਇੱਕ ਚੀਜ਼ ਜਿਹੜੀ ਮੈਨੂੰ ਪਤਾ ਹੀ ਨਹੀਂ ਸੀ ਮੈਂ ਇਸ ਪੂਰੇ ਦੌਰ ਦੇ ਦੌਰਾਨ ਨੋਟਿਸ ਕੀਤੀ ਆ ਜੀ ਆਸਟ੍ਰੇਲੀਆ ਦੀਆਂ ਸਟੇਟਾਂ ਦੀ ਇੰਡੀਪੈਂਡੈਂਸੀ ਅੱਛਾ ਸਟੇਟਾਂ ਦੇ ਵਿੱਚ ਇੰਨੀ ਜ਼ਿਆਦਾ ਇੰਡੀਪੈਂਡੈਂਸੀ ਆ ਕਿ ਜੋ ਪ੍ਰਾਈਮ ਮਿਨਿਸਟਰ ਆ ਉਹਦੇ ਕੋਲ ਇੰਨੇ ਰਾਈਟਸ ਨਹੀਂ ਹੈ ਕਿ ਉਹ ਕਹਿ ਦੇਵੇ ਕਿ ਤੁਸੀਂ ਐਦਾਂ ਕਰ ਲਓ ਅੱਛਾ ਉਹ ਉਹਨਾਂ ਉਹ ਜਿੰਨੇ ਵੀ ਪ੍ਰੀਮੀਅਰ ਨੇ ਗਏ ਆਪਣੀ ਆਪਣੀ ਸਟੇਟ ਦੇ ਉਹਨਾਂ ਕੇ ਹੱਥ ਬੰਨੀ ਖੜਾ ਕਿ ਪਲੀਜ਼ ਇਹ ਜੇ ਆਪਾਂ ਇਦਾਂ ਇਕੱਠੇ ਹੋ ਕੇ ਕਰ ਲਈਏ ਜੀ ਇੱਕ ਇੱਕ ਖੁੰਝੇ ਦੇ ਵਿੱਚੋਂ ਖਬਰ ਆਉਂਦੀ ਹੈ ਕਿ ਸਟੇਟ ਦੇ ਵਿੱਚੋਂ ਕਿ ਇੱਕ ਕੋਵਿਡ ਦਾ ਉੱਥੇ ਪੇਸ਼ੈਂਟ ਆ ਜਾਂਦਾ ਤੇ ਦੂਜੇ ਨਾਲ ਦੀ ਨਾਲ ਆਪਣੇ ਬਾਰਡਰ ਕਲੋਜ਼ ਕਰ ਦਿੰਦੇ ਨੇ ਕਿਤੋਂ ਉਹਨਾਂ ਨੂੰ ਅਥਾਰਟੀ ਲੈਣ ਦੀ ਜ਼ਰੂਰਤ ਹੀ ਨਹੀਂ ਹੈ ਸੋ ਜੀ ਮੈਂ ਇਹ ਚੀਜ਼ ਕੀਤੀ ਆ ਜਦੋਂ ਮੈਂ ਇਹ ਚੀਜ਼ਾਂ ਨੂੰ ਦੇਖਿਆ ਤਾਂ ਮੈਂ ਮਹਿਸੂਸ ਕੀਤਾ ਕਿ ਸਾਡਾ ਪੰਜਾਬ ਜਾਂ ਸਾਡੀਆਂ ਇੰਡੀਆ ਦੀਆਂ ਸਟੇਟਾਂ ਕਿੱਥੇ ਖੜੀਆਂ ਸੋ ਚਲੋ ਇਹ ਇੱਕ ਹੋਰ ਪੂਰਾ ਵਿਸ਼ਾ ਹੈਗਾ ਜਿਸ ਦੇ ਉੱਪਰ ਬਹੁਤ ਲੰਬੀ ਚਰਚਾ ਹੋ ਸਕਦੀ ਆ ਜੀ ਉਹ ਕਰਾਂਗੇ ਜ਼ਰੂਰ ਇੱਕ ਸਟੇਟ ਦੀ ਜਦੋਂ ਮੈਂ ਗੱਲ ਕਹਾਂ ਸਾਊਥ ਆਸਟ੍ਰੇਲੀਆ ਦੇ ਵਿੱਚ ਅਸੀਂ ਬੈਠੇ ਹਾਂ ਇਸ ਸਟੇਟ ਦੇ ਵਿੱਚ ਪਿਛਲੇ ਕੁਝ ਦਿਨ ਪਹਿਲਾਂ ਤੱਕ 200 ਬੰਦੇ ਤੱਕ ਇਕੱਠੇ ਹੋ ਸਕਦੇ ਸੀ ਕਿਸੇ ਪ੍ਰੋਗਰਾਮ ਦੇ ਵਿੱਚ ਉਹ ਵੀ ਲਿਮਿਟ ਆ ਜਿਹੜੀ ਉਠਾ ਦਿੱਤੀ ਗਈ ਆ ਹੁਣ ਓਪਨ ਕਰ ਦਿੱਤਾ ਗਿਆ ਬਟ ਉਹਨਾਂ ਨੇ ਕਿਹਾ ਕਿ ਆਪਣਾ ਰਿਕਾਰਡ ਜ਼ਰੂਰ ਮੇਨਟੇਨ ਕਰੋ ਰਾਜੀ ਕਿਊ ਆਰ ਕੋਡ ਦੇ ਜਿਹੜੇ ਇੰਨੇ ਕੁ ਲੋਕ ਯੂਜ਼ ਟੂ ਹੋ ਚੁੱਕੇ ਨੇ ਹੁਣ ਇੱਥੇ ਕਿ ਮਤਲਬ ਉਹ ਆਪਣੀ ਰਿਸਪੋਂਸਿਬਿਲਿਟੀ ਸਮਝਦੇ ਨੇ ਕਿ ਜਿੱਥੇ ਵੀ ਕਿਤੇ ਕਿਸੇ ਸਟੋਰ 'ਚ ਜਾਂਦੇ ਨੇ ਜਦੋਂ ਕਿ ਉੱਥੇ ਐਪੋਸ ਵਗੈਰਾ ਤੋਂ ਪੇਮੈਂਟ ਵੀ ਕਰਦੇ ਨੇ ਉੱਥੇ ਵੀ ਰਿਕਾਰਡ ਤਾਂ ਆ ਹੀ ਜਾਂਦਾ ਤੁਹਾਡਾ ਬਟ ਫਿਰ ਵੀ ਉਹ ਕਿਊ ਆਰ ਕੋਡ ਦੇ ਉੱਪਰ ਆਪਣਾ ਸਕੈਨ ਕਰਦੇ ਨੇ ਫੋਨ ਬੜਾ ਚੰਗਾ ਲੱਗ ਰਿਹਾ ਉਸ ਚੀਜ਼ਾਂ ਨੂੰ ਦੇਖਣ ਦੇਖ ਰਹੇ ਲੋਕਾਂ ਦਾ ਜਿਹੜਾ ਮਿਲ ਰਿਹਾ ਸਰਕਾਰ ਚਲੋ ਬੜੀ ਚੰਗੀ ਗੱਲ ਹੈ ਜੀ ਸਾਡੇ ਵੀ ਲੱਗਦਾ ਇੱਥੋਂ 4th ਜੁਲਾਈ ਜਿਹੜੀ ਹੈ ਕਿ ਵਧੀਆ ਧੂਮਧਾਮ ਨਾਲ ਮਨਾਈ ਜਾਊਗੀ ਅਤੇ ਹੁਣ ਅਸੀਂ ਇਸ ਮੇਲੇ ਦੀ ਗੱਲ ਕਰੀਏ ਕਿਹੜੀ ਜਗ੍ਹਾ 'ਤੇ ਅੱਜ ਮੇਲਾ ਹੋ ਰਿਹਾ ਅਤੇ ਕੀ ਇਹਦੇ ਵਿੱਚ ਰੰਗ ਹੋਣਗੇ ਮੇਲੇ 'ਚ ਇਹ ਬਲੇਅਰ ਓਥਲ ਐਥਲ ਪਾਰਕ ਆ ਜੀ ਇੱਥੇ ਰਿਜ਼ਰਵ ਆ ਇੱਥੇ ਕਬੱਡੀ ਦੇ ਟੂਰਨਾਮੈਂਟ ਵਗੈਰਾ ਹੁੰਦੇ ਆ ਕਈ ਵਾਰੀ ਹੋਇਆ ਇੱਥੇ ਟੂਰਨਾਮੈਂਟ ਸਾਡੇ ਅੱਛਾ ਇਹ ਨਾਰਥ ਦੇ ਵਿੱਚ ਹੈਗਾ ਐਡਲਡ ਦੇ ਵਿੱਚ ਔਰ ਇਹ ਮੇਲਾ ਪਹਿਲੀ ਵਾਰੀ ਜਿਹੜਾ ਇਹ ਮੇਲਾ ਹੈ ਮੀਡੀਆ ਗਰੁੱਪ ਵੱਲੋਂ ਕਰਵਾਇਆ ਜਾ ਰਿਹਾ ਜੀ ਉਹ ਮੀਡੀਆ ਗਰੁੱਪ ਵੱਲੋਂ ਇਹਦੇ ਪਿੱਛੇ ਇੱਕ ਕਾਰਨ ਹੈ ਇਸ ਮੇਲੇ ਪਿੱਛੇ ਇਸ ਤੋਂ ਪਹਿਲਾਂ ਬਹੁਤ ਸਾਰੇ ਵਿਸਾਖੀ ਮੇਲੇ ਹੋਏ ਨੇ ਇੱਥੇ ਮੇਲੇ ਦੇ ਵਿੱਚ ਜਿੱਦਾਂ ਮੈਂ ਥੋੜਾ ਮੈਂ ਉਸ ਚੀਜ਼ ਨੂੰ ਪੁਆਇੰਟ ਆਊਟ ਨਹੀਂ ਕਰੂੰਗਾ ਹਰ ਇੱਕ ਦੇ ਆਪਣਾ ਨਜ਼ਰੀਆ ਹੁੰਦਾ ਕਿ ਤੁਸੀਂ ਵੀ ਉਹ ਗੀਤ ਸੁਣਿਆ ਹੋਣਾ ਕਿ ਕਾਗਜ਼ ਕੀ ਕਸ਼ਤੀ ਉਹ ਵਾਰਿਸ ਕਾ ਪਾਣੀ ਹਾਂਜੀ ਤੇ ਜਦੋਂ ਉਸ ਨੂੰ ਗੀਤ ਨੂੰ ਸੁਣਦੇ ਸਾਂ ਤਾਂ ਸਾਨੂੰ ਉਹ ਪਿੰਡਾਂ ਵਾਲਾ ਪਾਣੀ ਜਿਹੜਾ ਘਰਾਂ ਦੇ ਮੂਹਰ ਦੀ ਲੰਘ ਰਿਹਾ ਹੁੰਦਾ ਉਹਦੇ ਵਿੱਚ ਛੱਡਣ ਵਾਲੀਆਂ ਕਿਸ਼ਤੀਆਂ ਜਿਹੜੀਆਂ ਉਹ ਯਾਦ ਆਉਂਦੀਆਂ ਸੀ ਕਾਗਜ਼ ਦੀਆਂ ਬਣਾ ਕੇ ਤੇ ਜਦੋਂ ਉਹਦੀ ਫਿਲਮਾਂਕਣ ਦੇਖਿਆ ਉਹ ਕਿਉਂਕਿ ਜਿਹੜਾ ਉਹਦਾ ਕੋਈ ਪ੍ਰੋਡਿਊਸਰ ਜਾਂ ਕੈਰੀਓਗ੍ਰਾਫਰ ਜਾਂ ਜੋ ਵੀ ਉਸਨੇ ਡਿਜ਼ਾਈਨ ਕੀਤਾ ਡਾਇਰੈਕਟਰ ਨੇ ਉਸਨੇ ਉਸਨੂੰ ਪੂਰੀ ਸ਼ਹਿਰੀ ਇਨਵਾਇਰਮੈਂਟ ਦੇ ਨਾਲ ਰਿਲੇਟ ਕੀਤਾ ਕੁਝ ਹੋਰ ਏਰੀਏ ਦੇ ਨਾਲ ਪੰਜਾਬ ਤੋਂ ਬਹੁਤ ਦੂਰ ਸੀਗਾ ਉਹ ਜੀ ਇਸੇ ਤਰ੍ਹਾਂ ਹੀ ਜਿੰਨੇ ਵੀ ਇੱਥੇ ਵਿਸਾਖੀ ਦੇ ਮੇਲੇ ਹੁੰਦੇ ਸਨ ਉਹ ਉਹਨਾਂ ਦੇ ਵਿੱਚ ਵਿਸਾਖੀ ਦਾ ਰੰਗ ਨਹੀਂ ਹੁੰਦਾ ਸੀ ਕਿਉਂਕਿ ਵਿਸਾਖੀ ਜਿਹੜੀ ਉਹ ਜੇ ਕਿਤੇ ਅਸੀਂ ਕਿਸਾਨ ਦੀ ਉਸ ਖੁਸ਼ਹਾਲੀ ਦੇ ਨਾਲ ਅਸੀਂ ਜੋੜਦੇ ਹਾਂ ਉਸਨੂੰ ਤਾਂ ਦੂਜੇ ਪਾਸੇ ਖਾਲਸਾ ਪੰਥ ਦੀ ਸਥਾਪਨਾ ਵੀ ਤਾਂ ਹੈ ਨਾ ਇੱਕ ਧਰਮ ਨਾਲ ਹੋਇਆ ਇਵੈਂਟ ਵੀ ਹੈ ਤਾਂ ਇੱਥੇ ਪਿਛਲੇ ਕਿੰਨੇ ਦਿਨਾਂ ਤੋਂ ਸੁਖਮਨੀ ਸਾਹਿਬ ਦੇ ਜਿਹੜੇ ਪਾਠ ਨੇ ਉਹਨਾਂ ਦੀ ਸੀਰੀਜ਼ ਚੱਲ ਰਹੀ ਆ ਅੱਜ ਵੀ ਰਾਈਟ ਹੁਣ ਸਟੇਜ ਦੇ ਉੱਪਰ ਸੁਖਮਨੀ ਸਾਹਿਬ ਦਾ ਪਾਠ ਚੱਲ ਰਿਹਾ ਔਰ ਉਹਨਾਂ ਦਾ ਜਿਹੜਾ ਫਾਈਨਲ 12 ਵਜੇ ਜਿਹੜੇ ਜਿਹੜੇ ਭੋਗ ਪੈਣੇ ਆ ਉਸ ਤੋਂ ਬਾਅਦ ਫਿਰ ਦੂਸਰਾ ਮੇਲਾ ਸ਼ੁਰੂ ਹੋਊਗਾ ਸੋ ਇਸ ਪੂਰੇ ਮੇਲੇ ਦੇ ਵਿੱਚ ਉਦਾਂ ਦਾ ਰੰਗ ਹੋਊਗਾ ਜਿਹੜੇ ਦੋਨਾਂ ਨੂੰ ਮਿਕਸ ਕਰਕੇ ਦਿਖਾਇਆ ਜਾਊ ਜੀ ਅਸੀਂ ਧਾਰਮਿਕ ਰੰਗ ਦੀ ਗੱਲ ਕੀਤੀ ਹੈ ਤੇ ਧਾਰਮਿਕ ਰੰਗ ਤੋਂ ਬਾਅਦ ਕੀ ਸੱਭਿਆਚਾਰ ਗਿੱਧਾ ਭੰਗੜਾ ਵਗੈਰਾ ਹੋਏਗਾ ਜਾਂ ਫਿਰ ਉਸ ਤੋਂ ਬਾਅਦ ਕੋਈ ਕਲਾਕਾਰ ਵਗੈਰਾ ਪਰਫਾਰਮ ਕਰਨਗੇ ਕਬੱਡੀ ਹੈ ਜੀ ਕਬੱਡੀ ਦੇ ਮੈਚ ਨੇ ਕਬੱਡੀ ਵੀ ਆ ਹਾਂਜੀ ਕਬੱਡੀ ਦੇ ਮੈਚ ਨੇ ਤੇ ਉਸ ਤੋਂ ਇਲਾਵਾ ਨਾਟਕ ਆ ਜੀ ਇੱਥੇ ਨਾਟਕ ਹੋਣੇ ਆ ਔਰ ਉਸ ਤੋਂ ਬਾਅਦ ਗਿੱਧਾ ਭੰਗੜਾ ਤਾਂ ਹੋਣਾ ਹੀ ਹੋਣਾ ਜਿਹੜਾ ਜਿਹਦੇ ਬਿਨਾਂ ਤਾਂ ਸਾਡੇ ਮੇਲੇ ਦਾ ਮੇਲਾ ਜਿੱਥੇ ਲਿਖਿਆ ਗਿਆ ਤਾਂ ਉਹ ਤਾਂ ਹੋਣਾ ਹੀ ਹੋਣਾ ਜੀ ਹੋਰ ਬਹੁਤ ਸਾਰੇ ਜਿਹੜੇ ਲੋਕਲ ਸਿੰਗਰ ਨੇ ਸੋ ਪਿਛਲੇ ਸਮੇਂ ਦੇ ਵਿੱਚ ਕਾਫੀ ਸਾਰੇ ਜਿਹੜੇ ਲੋਕਲ ਸਿੰਗਰ ਨੇ ਉਹਨਾਂ ਨੇ ਆਪਣੇ ਆਪ ਨੂੰ ਟਾਈਮ ਉਹਨਾਂ ਨੇ ਇਨਵੈਸਟ ਕੀਤਾ ਆਪਣੇ ਆਪ ਤੇ ਔਰ ਫੀਲ ਹੋ ਰਿਹਾ ਕਿ ਸਾਡੇ ਕੋਲ ਇਨਫ ਆਪਣੀ એનર્ਜੀ ਵੀ ਹੈਗੀ ਆ ਜੇ ਇੰਡੀਆ ਤੋਂ ਚਲੋ ਠੀਕ ਆ ਉਹਨਾਂ ਪ੍ਰਤੀ ਸਾਡਾ ਪਿਆਰ ਆ ਰਿਸਪੈਕਟ ਆ ਉਹਨਾਂ ਨੂੰ ਅਸੀਂ ਵੈਲਕਮ ਕਰਦੇ ਆ ਪਰ ਗੈਪ ਫਿਲਿੰਗ ਵਾਸਤੇ ਲਾ ਲਈਏ ਜਾਂ ਆਪਣੀ ਜਿਹੜੀ ਸਾਡੀ એનર્ਜੀ ਹੈਗੀ ਉਸ ਨੂੰ ਐਂਟਰਟੇਨ ਕਰਨ ਵਾਸਤੇ ਜਿਹੜਾ ਉਹ ਸੈਕਟਰ ਹੈਗਾ ਉਹਦੇ ਵਾਸਤੇ ਸਾਡੇ ਆਪਣੇ ਲੋਕਲ ਆਰਟਿਸਟ ਨੇ ਉਹ ਵੀ ਪਰਫਾਰਮ ਕਰਨਗੇ ਤੇ ਰੋਬੀ ਜੀ ਅਸੀਂ ਗੱਲਬਾਤ ਨੂੰ ਇਸੇ ਤਰ੍ਹਾਂ ਜਾਰੀ ਰੱਖਾਂਗੇ ਤੁਸੀਂ ਚਾਹੋ ਤਾਂ ਕੋਈ ਪ੍ਰਬੰਧਕ ਜੇ ਉਹਨਾਂ ਨਾਲ ਗੱਲ ਕਰਨੀ ਚਾਹੀਏ ਆਪਾਂ ਤਾਂ ਉਹਨਾਂ ਨਾਲ ਵੀ ਕਰ ਸਕਦੇ ਹਾਂ ਬ੍ਰੇਕ ਤੋਂ ਬਾਅਦ ਇੱਕ ਬ੍ਰੇਕ ਲੈਣੀ ਪਏਗੀ ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਜੀ ਸੁੱਖਾ ਜੀ ਇੱਕ ਬ੍ਰੇਕ ਲੈਂਦੇ ਹਾਂ ਜੀ ਬ੍ਰੇਕ ਤੋਂ ਬਾਅਦ ਫਿਰ ਰੋਬੀ ਬੈਨੀਪਾਲ ਸਾਹਿਬ ਆਸਟ੍ਰੇਲੀਆ ਤੋਂ ਅੱਜ ਦਾ ਰੰਗ ਤੁਹਾਨੂੰ ਉੱਥੋਂ ਦੇ ਵਿਸਾਖੀ ਮੇਲੇ ਦਾ ਰੰਗ ਦਿਖਾ ਰਹੇ ਪਹਿਲੀ ਗੱਲ ਤਾਂ ਮੇਲਾ ਨਾਂ ਸੁਣ ਕੇ ਹੀ ਇੱਕ ਦਿਲ ਦੇ ਵਿੱਚ ਬੜੀ ਚੁਲਬਲਾਪਨ ਜਿਹਾ ਆ ਗਿਆ ਇੱਕ ਦਿਲ ਦੇ ਵਿੱਚ ਚਾਅ ਜਿਹਾ ਚੜ੍ਹ ਗਿਆ ਵੀ ਵਾਕਿਆ ਹੀ ਮੇਲੇ ਜਿਹੜੇ ਆ
वो दोबारा लगने शुरू हो गए ने जां हो सकते ने। यह गल अज सिद्ध हो गई आ आस्ट्रेलिया दे विचों कि उत्थे मेले बकायदा शुरू हो चुके ने। पंजाबी पहला विसाखी मेला होएगा इत्थे दा जिहड़ा कि मेलिया की शुरुआत करेगा। सो इस उम्मीद दे नाल कि असीं अमेरिका दे विच वी बहुत जल्दी इस तरह के मेले मनावांगे। ब्रेक लैणा, देखते रहो जस पंजाबी। ब्रेक तो बाद एक बार फिर हाजिर है जी। अज वैसे सच्ची मुची जिवें मेले जिन्हां चा चढ़िया हुंदा तो मैनू भी चा ही चढ़िया होया, क्योंकि इउं दिस रिहा भविख के मेले सानू आने वाले समय दे विच इस तरह देखण नू मिलणगे। पर वह जदों मिलणगे जी उदों मिलणगे, पर पहलां आपां अज जिहड़ा लगभग मेरे ख्याल दुनिया दे विच ही पहला मेला हो रहा कोविड तो बाद, तो शुरुआत मेलिया की हो गई है। वैसे सूरज की गल करिए, सूरज सब तो पहला उत्थे चढ़दा है, सो मेला भी पहला करवाना उत्थों का बनता हक उन्हों का। रॉबी बैनीवाल साहब साढ़े जुड़े थे नाल दी नाल, हुण गुरमीत वालिया जी जुड़े ने मेले के प्रबंधक, उन्होंने गल करते तो है ना। हाँ जी रॉबी जी, एक बार फिर स्वागत है। सत श्री अकाल जी सर गुरमीत सिंह जी। सत श्री अकाल जी जग्गी जी, बहुत बहुत धन्यवाद जी। पहला तो जी तुसीं वधाई दे पात्र हो कि तुसीं इह काम मेलिया की शुरुआत दुनिया के मेरे ख्याल कोविड तो बाद तुसी कर रहे हो, ये बहुत बहुत शुभकामनावां तुहानू। तो अज के मेले की गुरमीत सिंह जी गल करिए, तो अज के मेले की रूपरेखा दसो की है, जब तक आस्ट्रेलिया दे विच भी साढ़े दर्शक जरूर देखते होंगे, तो इतों जिहड़े अमेरिका कनेडा च लोग रहिंदे ने उन्होंने रिश्तेदार जरूर आस्ट्रेलिया दे विच होंगे, तो फोन करके भी एक दूजे नाल गल करनगे भी मेला किवें रहा, तो किवें रहेगा जी मेला, मेले का दसो। जग्गी जी बहुत बहुत धन्यवाद, तुसी साडी गल दुनिया तक पहुँचाउणी है। अज असी इंडियन आस्ट्रेलियन मीडिया ऑफ साउथ आस्ट्रेलिया वालों विसाखी का त्यौहार मना जा रहे हैं। बलेयर एथल पार्क रिजर्व के मेला हो जा रहा है, तो मेले की आरंभता हो चुकी है। श्री सुखमनी साहब के जाप आरंभ हैं, संगत का तांता लग रहा जी। इस तो बाद साढ़े बारह बजे तक उगे रागी जड़े पहुँच चुके हैं, वो कथा कीर्तन के नाल संगत निहाल करनगे। उस तो उपरंत जी नाटक होणगे, नाटक दे विच किसानी नूं समर्पित है, जो मसला पंजाब दा चल रहा है। सिर्फ असी जिहड़ी आवाज है वह पंजाब दे हुकमराना तक पहुँचाउण दी कोशिश करांगे। उस तो बाद जी कबड्डी दे मैच ने, गतके दे जो खिडारी अपने नौजवान जुझारू ने वह अपने गतके दे जोर विखाउणगे। इस दे नाल ही रस्साकसी मुकाबले होणगे, ते उस तो बाद कुर्सी रेस होगी। कुर्सी रेस तो बाद जो कबड्डी के जुझारू नौजवान मेलबोर्न सिडनी तो या एडिलेड तो पूरे पट्टा से थापी मार के पहुंच चुके एडिलेड दे विच, ते नौजवान अपनी जी जोर दिखाउणगे। चोटी की जिहड़ी जिन्हां दे हिक दे विच जोर है उन्होंने अज कप नूं चुमना है। कप बहुत सुंदर बन चुका है, ते खिडारियों के मन दे विच चाओ है कि असी कप लै जाना, कोई नित्रू वलेवें खाणी किहड़ा लैके जांदा है, ये तुहानू जग्गी जी शाम नूं दसांगे। ते उस तों बाद जिहड़ा सभ्याचार प्रोग्राम दे विच मेलबोर्न तों प्रीत सिंह उगे गायक पहुँच रहे हैं, ते उहनां दे नाल चोटी दे गायक जो एडिलेड दे है वह अपने सभ्याचार गीतां दे नाल मनोरंजन करनगे सारे लोगों का। जो भी संगतां इत्थे आउणगियां उहनां दे लई गुरू दे लंगर अटुट वरताए जाणे हन। बाबे नानक दा लंगर छकना है, परमात्मा दे गुण गाने हन, ते इस दे नाल होर भी जिहड़े प्रोग्राम है वह नाल नाल जारी रहणगे। तो तुहाडा बहुत बहुत धन्नवाद है सारियां संगतां नूं जो भी तुहाडा टीवी देख रहे हन, उहनां नूं तहे दिलों धन्नवाद है। ते मैं बेनती करदा हां, तुहाडा भी धन्नवाद करदा हां कि तुसीं सारिआं तांई गल पहुंचा रहे हो। वाहिगुरू जी का खालसा, वाहिगुरू जी की फतह। जी रॉबी जी, गुरमीत वालिया जी ने तो मैं क्या जिम्मे लूरिया नहीं आने लग पी होंगे, इन्ना जोश दवाता गलों के भी वाकई एक बड़ा वधिया टूरनामेंट सारा प्रोग्राम जिहड़ा बहुत वधिया हो रहा। तो अच्छा मैं जानना चाहुंदा साडे इत्थे अमेरिका दे दर्शकों वास्ते खास तौर पर कि उत्थे भी इदा पार्कों वगैरह की परमिशन लैनी पैंदी बकायदा, या की प्रोसीजर हैगा तुहाडे? बाबा जी तुहानू एक गल स्पष्ट दसां जी, इह जिहड़ा मेला कराया ना इहदे विच साडा सारा जोर कोविड मैनेजमेंट प्लान लैन दे लई साढ़े दो महीने लग गए, और इनियां क इंस्ट्रक्शन फॉलो करनियां पईआं उहदे मुताबक गेट दे उत्ते कोई भी स्कैन करन तों बगैर अंदर नहीं जाएगा, ते नाल ही सैनिटाइज करेगा। 22 बंदे नाल रखे है, दो साडे कोविड दे हैड कोविड ने, ते 20 कोविड मार्शल दे नाल उह पूरी निगरानी रखणगे। विचकार जिहड़ा डिफरेंस 1.5 मीटर दा उह रखणा, जो भी एसए दीआं सानूं इंस्ट्रक्शन मिलीआं
ਉਹਦੇ ਮੁਤਾਬਕ 4000 ਬੰਦੇ ਦੀ ਸਾਨੂੰ ਪਰਮਿਸ਼ਨ ਲੈਣੀ ਪਈ ਹੈ ਨਾ ਜਿਹੜੀ ਇਹਦੇ ਨਾਲੋਂ ਜਿਹੜਾ ਨਾ ਕੋਈ ਵੀਜ਼ਾ ਵਿਦੇਸ਼ ਦਾ ਲੈਣਾ ਹੋਵੇ ਸੌਖਾ ਹੋਏਗਾ ਪਰ ਕੋਵਿਡ ਮੈਨੇਜਮੈਂਟ ਲੈਣੀ ਬਹੁਤ ਔਖੀ ਰਹੀ ਹੈ। ਮੇਲਾ ਮਨਾਉਣਾ ਸਾਡੇ ਲਈ ਪਰਸੋਂ ਜਦੋਂ ਮਿਲਿਆ ਨਾ ਜੀ ਸਾਡੀ ਖੁਸ਼ੀ ਦੀ ਉਹ ਹੱਦ ਹੋਈ ਬਈ ਜਿੰਨਾ ਕੁ ਸਾਡਾ ਮਿਹਨਤ ਹੋਈ ਆ ਉਹਨੂੰ ਸਫਲਤਾ ਮਿਲ ਗਈ ਜੀ। ਬਹੁਤ ਮਿਹਰਬਾਨੀ ਗੁਰਮੀਤ ਵਾਲੇ ਜੀ ਤੁਹਾਡੀ ਤੇ। ਰਵੀ ਜੀ ਆਪਾਂ ਹੁਣ ਥੋੜੀ ਜਿਹੀ ਅਗਰ ਗੱਲ ਕਰੀਏ ਤੇ ਤੁਸੀਂ ਲੰਬੇ ਸਮੇਂ ਤੋਂ ਪੰਜਾਬ ਦੇ ਵਿੱਚ ਵੀ ਵਿਚਰਦੇ ਆਏ ਹੋ ਬਾਹਰਲੇ ਮੁਲਕਾਂ ਦੇ ਵਿੱਚ ਵੀ ਵਿਚਰਦੇ ਆਏ ਹੋ, ਤੁਸੀਂ ਦੱਸਿਆ ਵੀ ਇਸ ਮੇਲੇ ਦੇ ਵਿੱਚ ਵਿਸਾਖੀ ਦਾ ਹਰ ਰੰਗ ਜਿਹੜਾ ਹੁੰਦਾ ਸੀ ਮੇਲਿਆਂ ਦੇ ਵਿੱਚ ਉਹ ਮਿਲੇਗਾ, ਤੇ ਅਸੀਂ ਅਗਰ ਕੰਪੇਅਰ ਕਰੀਏ ਪੁਰਾਣੇ ਮੇਲਿਆਂ ਨੂੰ ਜਦੋਂ ਪੰਘੂੜੇ ਉਹ ਹੱਥ ਨਾਲ ਫੜ ਕੇ ਥੱਲੇ ਖਿੱਚਦੇ ਹੁੰਦੇ ਸੀਗੇ ਅਤੇ ਵਿੱਚ ਬੈਠ ਕੇ ਉਹ ਇੱਕ ਵੱਖਰਾ ਨਜ਼ਾਰਾ ਹੁੰਦਾ ਸੀ ਬੜਾ, ਤੇ ਉਹਨਾਂ ਨੂੰ ਅੱਜ ਦੇ ਮੇਲਿਆਂ ਨਾਲ ਕਿਵੇਂ ਦੇਖਦੇ ਹੋ? ਬਿਲਕੁਲ ਇਹੀ ਸਵਾਲ ਮੈਂ ਵਾਲੀਆ ਸਾਹਿਬ ਨੂੰ ਅੱਗੇ ਫਾਰਵਰਡ ਕਰੂੰਗਾ ਬਿਕੋਜ਼ ਇਹ ਉੱਥੇ ਮੇਲਿਆਂ ਦੇ ਵਿੱਚ ਇਦਾਂ ਦੀਆਂ ਐਕਟੀਵਿਟੀਜ਼ ਦੇ ਵਿੱਚ ਬਹੁਤ ਜ਼ਿਆਦਾ ਇਨਵੋਲਵ ਰਿਹਾ ਔਰ ਇਹਨਾਂ ਨੂੰ ਲੱਗਦਾ ਰਿਹਾ ਕਿ ਜਿਹੜੇ ਇੱਥੇ ਮੇਲੇ ਹੋ ਰਹੇ ਨੇ ਸਪੈਸ਼ਲੀ ਇਦਾਂ ਦੇ ਉਹਨਾਂ ਦੇ ਵਿੱਚ ਕੁਛ ਨਾ ਕੁਛ ਮਿਸਿੰਗ ਹੈ ਜੀ। ਉਹ ਕੀ ਮਿਸਿੰਗ ਕੀ ਇਹ ਲੈ ਕੇ ਆਏ ਨੇ ਇਸ ਮੇਲੇ ਦੇ ਵਿੱਚ, ਕੀ ਜਿਹੜਾ ਤੁਸੀਂ ਜਿਹੜੇ ਪੁਰਾਣੇ ਮੇਲਿਆਂ ਦੇ ਵਿੱਚ ਨਹੀਂ ਸੀਗਾ ਇਹਨਾਂ ਦੇ ਵਿੱਚ? ਕੁਛ ਇਹਦੇ ਵਿੱਚ ਦਿੱਕਤਾਂ ਦਾ ਵੀ ਸਾਹਮਣਾ ਕਰਨਾ ਪਿਆ ਜੱਗੀ ਜੀ। ਪਹਿਲੀ ਦਿੱਕਤ ਆਈ ਵੀ ਕੋਵਿਡ ਕਰਕੇ ਸਾਨੂੰ ਕਈ ਬਾਹਰਲੇ ਪਾਸੇ ਤੋਂ ਅਸੀਂ ਮਨ ਚ ਮਨਸਾ ਸੀਗੀ ਬਈ ਢਾਡੀ ਵਾਰਾਂ ਰਹੀ ਇੱਕ ਵਾਰੀ ਇੱਥੇ ਪ੍ਰਸੰਗ ਹੋਣ ਪਰ ਉਹ ਸੰਭਵ ਨਹੀਂ ਹੋ ਸਕਿਆ। ਹੋਰ ਵੀ ਕਈ ਕੁਛ ਸੀ ਅਸੀਂ ਪੰਜਾਬ ਤੋਂ ਬੁਲਾ ਕੇ ਜਿਹੜੇ ਬੁਲਾਰੇ ਸੀ ਉਹਨਾਂ ਨੂੰ ਬੁਲਾਉਣਾ ਸੀ ਉਹ ਵੀ ਸੰਭਵ ਨਹੀਂ ਹੋ ਸਕਿਆ। ਪਰ ਜਿਸ ਤਰ੍ਹਾਂ ਤੁਸੀਂ ਕਹਿੰਦੇ ਵਿਸਾਖੀ ਦੇ ਰੰਗ ਹੈ, ਜਿਸ ਤਰ੍ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਸ਼ੁਰੂਆਤ ਕੀਤੀ ਸਿੱਖ ਧਰਮ ਦੀ ਤੇ ਉਸ ਦੇ ਮੁਤਾਬਕ ਅਸੀਂ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਕਥਾ ਕੀਰਤਨ ਰਾਹੀਂ ਵਿਸਾਖੀ ਦੇ ਤਿਉਹਾਰ ਸੰਬੰਧੀ ਇੱਥੋਂ ਦੀਆਂ ਸੰਗਤਾਂ ਨੂੰ ਜਾਣਕਾਰੀ ਦੇਵਾਂਗੇ। ਇਸ ਦੇ ਨਾਲ ਹੀ ਬੱਚਿਆਂ ਦੇ ਜਿਹੜੇ ਕੰਪੀਟੀਸ਼ਨ ਕਰਵਾ ਰਹੇ ਹਾਂ ਉਹਦੇ ਵਿੱਚ ਵਿਸਾਖੀ ਦਾ ਤਿਉਹਾਰ ਦਾ ਤੇ ਨਾਲ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਜੀਵਨ ਬਾਰੇ ਬਹੁਤ ਹੀ ਸਰਲ ਸਵਾਲ ਬੱਚਿਆਂ ਨੂੰ ਪੁੱਛਾਂਗੇ, ਜਿਹੜੇ ਬੱਚੇ ਉਹਦਾ ਜਵਾਬ ਦੇਣਗੇ ਉਹਨਾਂ ਨੂੰ ਤਿੰਨ ਕੈਟਾਗਰੀਆਂ 'ਚ ਵੰਡਿਆ ਗਿਆ। ਇੱਕ ਟੀਮ ਬਣਾਈ ਗਈ ਹੈ ਜਿਹੜੀ ਉਹਨਾਂ ਨੂੰ ਪ੍ਰੀਖਿਆ ਲਏਗੀ ਅਤੇ ਉਹਨਾਂ ਦਾ ਰਿਜ਼ਲਟ ਡਿਕਲੇਅਰ ਕਰੇਗੀ ਅਤੇ ਉਹਨਾਂ ਨੂੰ ਬਕਾਇਦਾ ਤੌਰ 'ਤੇ ਇੱਕ ਸਨਮਾਨ ਪੱਤਰ ਦਿੱਤਾ ਜਾਵੇਗਾ, ਨਾਲ ਉਹਨਾਂ ਨੂੰ ਬਦਾਮ ਖਵਾਏ ਜਾਣਗੇ, ਨਾਲ ਮਠਿਆਈ ਵੰਡੀ ਜਾਏਗੀ ਅਤੇ ਇਸ ਦੇ ਨਾਲ ਹੀ ਉਹਨਾਂ ਨੂੰ ਪੁਰਸਕਾਰ ਵੀ ਦਿੱਤਾ ਜਾਏਗਾ ਜੋ ਕਿ ਅਸੀਂ ਗੁਰੂਆਂ ਜੀ ਕੋਈ ਬਣੀ ਹੋਈ ਜਿਹੜੀ ਹੋਈ ਫੋਟੋ ਜਿਹੜੀ ਆ ਉਹਨਾਂ ਨੂੰ ਸਨਮਾਨਿਤ ਕਰਾਂਗੇ। ਬੱਚਿਆਂ ਨੂੰ ਉਤਸ਼ਾਹਿਤ ਕਰਾਂਗੇ ਕਿ ਉਹ ਪੰਜਾਬੀ ਮਾਂ ਬੋਲੀ ਨਾਲ ਜੁੜੇ ਰਹਿਣ, ਭਾਵੇਂ ਉਹ ਅੰਗਰੇਜ਼ੀ ਤਾਂ ਆਰਾਮ ਨਾਲ ਸਿੱਖ ਜਾਂਦੇ ਆ। ਸਾਨੂੰ ਖੁਸ਼ੀ ਹੋਈ ਮੈਂ ਜਦੋਂ ਸਕੂਲਾਂ ਦੇ ਵਿੱਚ ਗਿਆ ਬੱਚਿਆਂ ਨੂੰ ਕਹਿਣ ਲਈ ਤਾਂ ਉੱਥੇ ਦੂਜੇ ਨੰਬਰ 'ਤੇ ਪੰਜਾਬੀ ਲਾਗੂ ਸੀ ਅਤੇ ਬਹੁਤ ਵਧੀਆ ਉਪਰਾਲਾ ਸਕੂਲਾਂ ਦਾ ਲੱਗਾ ਅਤੇ ਅਸੀਂ ਵੀ ਚਾਹੁੰਦੇ ਹਾਂ ਵੀ ਉਹ ਬੱਚੇ ਪੰਜਾਬੀ ਮਾਂ ਬੋਲੀ ਨਾਲ ਜੁੜੇ ਰਹਿਣ ਜੀ। ਅੱਛਾ ਰੋਬੀ ਜੀ, ਜਿਵੇਂ ਦੱਸਿਆ ਵਾਲੀਅਰ ਸਾਹਿਬ ਨੇ ਵੀ 4000 ਬੰਦੇ ਦੀ ਪਰਮਿਸ਼ਨ ਸਾਨੂੰ ਦੇਣੀ ਪਈ ਆ, ਅਤੇ ਕਿੰਨੀ ਸੰਭਾਵਨਾ ਹੈਗੀ ਅੱਜ ਦੇ ਇਸੇ ਮੇਲੇ ਵਿੱਚ ਆਪਣੇ ਪੰਜਾਬੀਆਂ ਦੇ ਪਹੁੰਚਣ ਦੀ, ਕਿੰਨੇ ਕੁ ਗਿਣਤੀ 'ਚ? ਥੋੜ੍ਹੀ ਜਿਹੀ ਗੱਲ ਰਹਿ ਗਈ ਸੀ, ਜਿਹੜੀ ਵਿਸਾਖੀ ਦੇ ਤਿਉਹਾਰ ਹੈ ਜੀ ਉਹ ਜਲੇਬੀਆਂ ਦਾ, ਬੰਦੇ ਜਲੇਬੀਆਂ ਉੱਤੇ ਕੱਢਣ ਲਈ ਲੱਗੇ ਹੋਏ ਆ, ਲੱਡੂ ਆ ਗਏ ਆ, ਆਪਣੇ ਸ਼ੱਕਰ ਪਾਰੇ ਆ ਗਏ ਆ, ਉਹਦੇ ਨਾਲ ਮੱਠੀਆਂ ਆ ਗਈਆਂ, ਰੰਗ ਜਿਹੜਾ ਵੇਖਣ ਨੂੰ ਮਿਲ ਗਿਆ, ਲੰਗਰ ਦੇ ਨਾਲ ਫਰੂਟ ਬਹੁਤ, ਜਿਸ ਤਰ੍ਹਾਂ ਸੰਗਤ ਆਈ ਜਾਏਗੀ ਉਹਨਾਂ ਨੂੰ ਬਾਬੇ ਨਾਨਕ ਦੇ ਲੰਗਰ ਜਿਹੜੀ ਪ੍ਰਥਾ ਚੱਲਦੀ ਆ ਰਹੀ ਹੈ ਉਹ ਚੱਲਦੀ ਰਹੇਗੀ ਅਤੇ ਬਹੁਤ ਸੁਚੱਜੇ ਢੰਗ ਨਾਲ ਸਾਡੀ ਜਿਹੜੀ ਟੀਮ ਹੈ ਲੰਗਰ ਵਾਲੀ ਉਹ ਸੇਵਾ ਕਰ ਰਹੀ ਹੈ। ਅਤੇ ਹੋਰ ਜੱਗੀ ਜੀ ਦੱਸੋ ਕੋਈ? ਮੈਂ ਤੁਹਾਨੂੰ ਰੋਕਣ ਤੋਂ ਪਹਿਲਾਂ ਇੱਕ ਗੱਲ ਕਹੂੰਗਾ ਵੀ ਤੁਸੀਂ ਚਾਹੇ ਨਿਊਯਾਰਕ ਦੇ ਵਿੱਚ ਬੈਠੇ ਹੋ, ਚਾਹੇ ਤੁਸੀਂ ਕੈਲੀਫੋਰਨੀਆ ਦੇ ਵਿੱਚ ਬੈਠੇ ਹੋ, ਤੁਸੀਂ ਚਾਹੇ ਭਗਵਾਨ ਨੂੰ ਆਵਾਜ਼ ਮਾਰੋ, ਚਾਹੇ ਆਪਣੇ ਬੱਚੇ ਨੂੰ ਆਵਾਜ਼ ਮਾਰੋ, ਚਾਹੇ ਆਪਣੇ ਭਰਾ ਨੂੰ ਆਵਾਜ਼ ਮਾਰੋ, ਉਹਨਾਂ ਦੇ ਕੋਲ ਜੇ ਘਰ ਦੇ ਵਿੱਚ ਲੱਡੂ ਪਿਆ ਜਾਂ ਕੋਈ ਏਦਾਂ ਦੀ ਮਿਠਾਈ ਪਿਆ, ਉਸਨੂੰ ਖਾਣ ਵੇਲੇ ਅੱਖਾਂ ਬੰਦ ਕਰਕੇ ਫੀਲਿੰਗ ਇੱਥੋਂ ਦੇ ਮੇਲੇ ਦੀ ਲਓ, ਅਸੀਂ ਤੁਹਾਨੂੰ ਫੀਲ ਕਰਾਂਗੇ। ਮੈਂ ਕਿਹਾ ਮੇਰੇ ਮੂੰਹ 'ਚ ਪਾਣੀ ਆ ਗਿਆ ਜਲੇਬੀਆਂ ਦਾ, ਵੀ ਗਰਮ ਗਰਮ ਜਲੇਬੀਆਂ ਹੋਣੀਆਂ ਉੱਥੇ, ਸਾਰਾ ਕੁਛ ਪਕੌੜੇ ਪਕੂੜੇ ਸਭ ਕੁਛ ਹੋਣੇ ਆ। ਅਤੇ ਚਲੋ ਭਾਅ ਜੀ, ਸੱਚੀ ਮੁੱਚੀ ਬਹੁਤ ਖੁਸ਼ੀ ਹੋ ਰਹੀ ਹੈ ਇਸ ਮੇਲੇ ਦੀ, ਕਿਉਂਕਿ ਇੱਕ ਸ਼ੁਰੂਆਤ ਜਿਹੜੀ ਆ, ਸਿਆਣੇ ਕਹਿੰਦੇ ਵੀ ਜਦੋਂ ਵਾਹਣ ਦੇ ਵਿੱਚ ਪੈਸਾ ਇੱਕ ਵਾਰੀ ਮਤਲਬ ਪਹਿਲਾ ਗੱਡਾ ਲੰਘਣਾ ਔਖਾ ਹੁੰਦਾ, ਮੁੜ ਕੇ ਤਾਂ ਫਿਰ ਜਿਹੜੇ ਮਰਜ਼ੀ ਗੱਡੀਆਂ ਲੰਘੀ ਜਾਣ ਚਾਹੇ ਕੋਈ ਹੋ ਜਾਓ। ਸੋ ਪਹਿਲਾ ਮੇਲਾ ਜਿਹੜਾ ਇਹ ਕੋਵਿਡ ਤੋਂ ਬਾਅਦ ਤੁਸੀਂ ਕਰ ਰਹੇ ਹੋ, ਮੈਂ ਸਵਾਲ ਕੀਤਾ ਸੀ ਵੀ ਕਿੰਨੀ ਕੁ ਪੰਜਾਬੀ ਪਹੁੰਚਣ ਦੀ ਸੰਭਾਵਨਾ, ਜਿਵੇਂ 4000 ਦੀ ਤੁਸੀਂ ਦੱਸਦੇ ਹੋ ਪਰਮਿਸ਼ਨ ਹੈਗੀ ਤੁਹਾਡੇ ਕੋਲ? ਜੱਗੀ ਜੀ ਆਪਣਾ ਸੰਗਤਾਂ ਆਉਣੀਆਂ ਸ਼ੁਰੂ ਹੋ ਗਈਆਂ ਜੀ, ਸਾਨੂੰ ਆਸ ਹੈ ਵੀ 4 ਤੋਂ ਉੱਪਰ ਜਾਏਗੀ। ਜਿਸ ਵੇਲੇ 4 ਆਏ ਸੀ ਬਿਲਕੁਲ ਕਾਊਂਟਿੰਗ ਵਾਲੀ ਮਸ਼ੀਨ ਲਾਤੀ ਹੈ, ਜਿੱਥੋਂ ਐਂਟਰੀ ਹੈ ਕਾਊਂਟਿੰਗ ਹੋਏਗੀ, ਆਊਟਰ ਜਿਹੜੇ ਜਾਂਦੇ ਬੰਦੇ ਉਹਨਾਂ ਦੀ ਕਾਊਂਟਿੰਗ ਹੋਏਗੀ। ਜੇ 4000 ਹੋਏ ਬੰਦਾ ਹੋ ਜਾਂਦਾ ਤੇ ਅਸੀਂ ਬਾਹਰ 19 ਦੇਰ ਰੁਕਾਂਗੇ, ਬਾਹਰਲੇ ਪਾਸੇ ਮੇਲਾ ਦੇਖਣਗੇ, ਬਿਲਕੁਲ ਐਸੇ ਦੀਆਂ ਇੰਸਟਰਕਸ਼ਨਾਂ ਦੇ ਮੁਤਾਬਕ ਚੱਲੇਗਾ। ਸਾਨੂੰ ਆਸ ਹੈ ਸੰਗਤਾਂ ਹੁਮ ਹੁਮ ਆ ਕੇ ਪੁੱਜਣਗੀਆਂ,
ਤੇ ਮੇਲੇ ਦਾ ਆਨੰਦ ਮਾਣਨ। ਅੱਛਾ ਜੱਗੀ ਸਾਹਿਬ ਮੈਂ ਇੱਕ ਚੀਜ਼ ਹੋਰ ਐਡ ਕਰਨੀ ਚਾਹੂੰਗਾ, ਵਾਲੀਆ ਸਾਹਿਬ ਵੀ ਇੱਥੋਂ ਦੇ ਵਸਨੀਕ ਨੇਗੇ ਇਸ ਸਿਟੀ ਦੇ, ਤਾਂ ਇਹਨਾਂ ਦੀ ਸਪਿਰਿਟ ਦੇਖੋ ਤੁਸੀਂ ਸਿਸਟਮ ਪ੍ਰਤੀ ਕਿੰਨੀ ਸਟਰੋਂਗ ਆ। ਹਾਂ ਇਹ ਇੰਡੀਆ ਦੇ ਵਿੱਚ ਹੋਏ ਨੇ ਤੇ ਇਹ ਤੁਸੀਂ ਕੋਈ ਇੱਥੇ ਇਟਾਲੀਅਨ ਮੇਲੇ ਚੱਲ ਜਾਓ, ਕਿਸੇ ਪ੍ਰੋਗਰਾਮ ਚੱਲ ਜਾਓ, ਤਾਂ ਇਹ ਚੀਜ਼ ਇੱਥੇ ਬੜੀ ਦੇਖਣ ਨੂੰ ਮਿਲਦੀ ਹੈ। ਔਰ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈਗੀ ਕਿ ਉਹ ਕਹਿੰਦੇ ਜੋ ਗਵਰਨਮੈਂਟ ਨੇ ਕਹਿ ਤਾ, ਇੱਥੇ ਸਿਸਟਮ ਨੇ ਕਹਿ ਤਾ, ਵੀ ਆਰ ਸਟੈਂਡਿੰਗ ਵਿਦ ਦੈਮ। ਸੋ ਉਹਦੇ ਉਸ ਕਿਉਂਕਿ ਗਵਰਨਮੈਂਟ ਨੇ ਤਾਂ ਤੁਹਾਨੂੰ ਕੁਝ ਕਹਿਣਾ ਹੀ ਹੁੰਦਾ ਨਾ, ਲੋਕਾਂ ਨੂੰ ਫੋਲੋ ਕਰਨਾ ਹੁੰਦਾ, ਤੇ ਉਹੀ ਇੱਕ ਕਾਰਨ ਆ ਮੇਰੇ ਖਿਆਲ ਦੇ ਵਿੱਚ। ਅਸੀਂ ਕਿਤੇ ਫੀਲ ਹੀ ਨਹੀਂ ਕੀਤਾ ਕਿ ਕੋਵਿਡ ਆਇਆ ਦੁਨੀਆ ਦੇ ਵਿੱਚ, ਬਿਲਕੁਲ ਹਾਰਡਲੀ ਮੈਕਸਿਮਮ ਪੂਰੀ ਮਤਲਬ ਕੋਵਿਡ ਦੀ ਇਸ ਪੂਰੀ ਜਰਨੀ ਦੇ ਵਿੱਚ ਹਾਰਡਲੀ ਅਸੀਂ ਇੱਕ ਵੀਕ ਕਿਤੇ ਘਰੇ ਰੁਕੇ ਹੋਵਾਂਗੇ, ਨਹੀਂ ਤਾਂ ਸਾਰੇ ਬਿਜ਼ਨਸ ਵੀ ਉਦਾਂ ਹੀ ਚੱਲ ਰਹੇ ਨੇ, ਸਭ ਕੁਝ ਉਦਾਂ ਹੀ ਚੱਲ ਰਿਹਾ। ਦੁੱਖ ਹੁੰਦਾ ਗਾ ਬਾਹਰ ਜੋ ਵੀ ਹੋ ਰਿਹਾ ਦੇਖ ਕੇ, ਬਟ ਇੱਥੇ ਦੀ ਜਿਹੜੀ ਇੱਕ ਜੁਆਇੰਟ ਐਫਰਟਸ ਆ ਲੋਕਾਂ ਵੱਲੋਂ ਸਾਰੀਆਂ ਕਮਿਊਨਿਟੀਜ਼ ਵੱਲੋਂ, ਉਹ ਇੱਕ ਕਾਫੀ ਸਰਾਹਨਾ ਕਰਨੀ ਬਣਦੀ ਹੈ ਉਸ ਦੀ। ਇੱਕ ਹੋਰ ਜਿਹੜੀ ਵਧੀਆ ਗੱਲ ਆਸਟ੍ਰੇਲੀਆ ਦੀ, ਜੀ ਜੀ ਵਾਲੀਆ ਸਾਹਿਬ, ਹਾਂਜੀ ਕੀ ਕਹਿਣ ਲੱਗੇ? ਪੁੱਛਾਂ ਇੱਥੋਂ ਦੇ ਸਿਸਟਮ ਤੇ, ਆਪਣੇ ਸਾਡੇ ਪ੍ਰੀਮੀਅਰ ਨੇ ਜੋ ਸਿਸਟਮ ਬਣਾਇਆ, ਹੈਲਥ ਡਿਪਾਰਟਮੈਂਟ ਨੇ ਜੋ ਸਿਸਟਮ ਬਣਾਇਆ, ਔਰ ਲੋਕਾਂ ਨੇ ਉਹਨੂੰ ਬਹੁਤ ਖਿੜੇ ਮੱਥੇ ਪ੍ਰਵਾਨ ਕੀਤਾ, ਉਹਨਾਂ ਦੀ ਪੂਰੀ ਤਰ੍ਹਾਂ ਪਾਲਣਾ ਕੀਤੀ, ਤੇ ਅੱਜ ਜੇਕਰ ਸਾਊਥ ਆਸਟ੍ਰੇਲੀਆ ਜਿਹੜਾ ਰਾਜ ਹੈ ਸਭ ਤੋਂ ਵੱਧ ਸੁਰੱਖਿਅਤ ਰਿਹਾ, ਤੇ ਉਹਨਾਂ ਦੀਆਂ ਇੰਸਟਰਕਸ਼ਨਾਂ ਦੇ ਮੁਤਾਬਕ ਰਿਹਾ, ਤੇ ਅਸੀਂ ਭਾਗਸ਼ਾਲੀ ਹਾਂ ਇੱਥੋਂ ਦੇ ਬੰਦੇ ਜਿਹੜੇ ਜੋ ਵੀ ਇੱਥੇ ਰਹਿ ਰਿਹਾ, ਉਹਨਾਂ ਨੂੰ ਬਹੁਤ ਖੁਸ਼ਕਿਸਮਤ ਹਨ ਜਿਨ੍ਹਾਂ ਦੇ ਸਿਰ 'ਤੇ ਇਹੋ ਜਿਹੀ ਸਰਕਾਰ ਹੈ, ਜਿਨ੍ਹਾਂ ਨੇ ਮਾਇਆ ਪੱਖੋਂ ਵੀ ਉਹਨਾਂ ਨੂੰ ਕਿਸੇ ਗੱਲ ਨੂੰ ਨਿਰਾਸ਼ ਨਹੀਂ ਕੀਤਾ, ਕੋਈ ਵੀ ਉਹਨਾਂ ਨੂੰ ਚੀਜ਼ ਚਾਹੀਦੀ ਹੈ ਮੁਹੱਈਆ ਕਰਾਈ ਹੈ। ਸਰਕਾਰ ਦਾ ਵੀ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਹੋ ਜਿਹਾ ਸਿਸਟਮ ਬਣਾਇਆ, ਕਿ ਅਸੀਂ ਉਸੇ ਸਿਸਟਮ ਨੂੰ ਇੱਥੇ ਪ੍ਰਚਲਿਤ ਕਰਕੇ ਖੁਸ਼ੀ ਮਹਿਸੂਸ ਕਰ ਰਹੇ ਹਾਂ। ਜੀ ਵੈਸੇ ਰੌਬੀ ਜੀ ਬਿਲਕੁਲ ਸਹੀ ਗੱਲ ਹੈ, ਅਗਰ ਅਸੀਂ ਹੁਣ ਫੋਲੋ ਕਰਾਂਗੇ ਤਾਂ ਸਾਨੂੰ ਗਾਂਹ ਪਰਮਿਸ਼ਨਾਂ ਮਿਲਣਗੀਆਂ। ਹਜੇ ਮੇਰੇ ਖਿਆਲ ਅਮਰੀਕਾ ਵਾਲਾ ਮਾਹੌਲ ਨਹੀਂ ਆਸਟ੍ਰੇਲੀਆ ਦੇ ਵਿੱਚ ਹੋਇਆ ਵੀ ਆਪੇ ਹੀ ਆਪਣਾ ਪ੍ਰੋਗਰਾਮ ਖਰਾਬ ਕਰਕੇ ਅਤੇ ਮੁੜ ਕੇ ਗਾਂਹ ਵਾਸਤੇ ਅਗਲਿਆਂ ਦਾ ਰਸਤਾ ਵੀ ਬੰਦ ਕਰ ਦਿੰਦੇ ਆਪਾਂ। ਹੁਣ ਤੁਸੀਂ ਅਗਰ ਫੋਲੋ ਕਰੋਗੇ ਤਾਂ ਗਾਂਹ ਕਿਸੇ ਨੇ ਵੀ ਕਿਸੇ ਤਰ੍ਹਾਂ ਦੀ ਪਰਮਿਸ਼ਨ ਲੈਣੀ ਉਹਨੂੰ ਮਿਲ ਜਾਏਗੀ। ਅਗਰ ਤੁਹਾਡੇ ਪ੍ਰੋਗਰਾਮ ਦੇ ਵਿੱਚ ਪਹਿਲੇ ਪ੍ਰੋਗਰਾਮ 'ਚ ਕੋਈ ਉਨੀਕ ਹੀ ਹੋਗੀ ਤਾਂ ਗਾਂਹ ਪਰਮਿਸ਼ਨ ਮਿਲਣੀ ਔਖੀ ਹੋ ਜਾਣੀ। ਸੋ ਤੁਸੀਂ ਵਧਾਈ ਦੇ ਪਾਤਰ ਹੋ, ਬਹੁਤ ਵਧੀਆ ਤੁਸੀਂ ਕੰਮ ਕਰ ਰਹੇ ਹੋ। ਅਤੇ ਅੱਛਾ ਫਿਰ ਵੀ ਆਪਾਂ ਜਿਹੜਾ ਮੇਲੇ ਜਦੋਂ ਪੰਜਾਬ ਦੇ ਵਿੱਚ ਜਾਂਦੇ ਸੀ ਤਾਂ ਕਾਗਜ਼ ਦੇ ਉੱਪਰ ਪਕੌੜੇ ਪਾ ਕੇ ਅਤੇ ਚਟਨੀ ਵੀ ਉੱਤੇ ਪਾਉਂਦੇ ਹੁੰਦੇ ਸੀਗੇ, ਅਤੇ ਚਟਨੀ ਹੱਥ 'ਤੇ ਕਰ ਜਾਂਦੀ ਸਾਰੀ, ਉਹ ਇੱਕ ਵੱਖਰਾ ਰੰਗ ਸੀਗਾ। ਪਰ ਫਿਰ ਵੀ ਅੱਜ ਅਸੀਂ ਵਿਸਾਖੀ ਮੇਲੇ ਜਿਹੜੇ ਲਾ ਰਹੇ, ਬੜੀ ਵਧੀਆ ਗੱਲ ਹੈ, ਬਹੁਤ ਚੰਗੀ ਗੱਲ ਹੈ। ਅਤੇ ਆਪਣਾ ਗੁਰਮੀਤ ਸਿੰਘ ਜੀ, ਵੈਸੇ ਕਿਹੜਾ ਏਰੀਆ ਪੰਜਾਬ ਦੇ ਵਿੱਚੋਂ? ਮੈਂ ਜਲੰਧਰ ਤੋਂ ਹਾਂ ਜੀ, ਮੇਰਾ ਵੈਸੇ ਸ਼ਹਿਰ ਫਗਵਾੜਾ ਹੈ, ਪਰ ਰਿਹਾ ਮੈਂ ਜ਼ਿਆਦਾ ਉੱਥੇ ਹੀ। ਮੈਂ ਅਜੀਤ ਅਖਬਾਰ ਦੇ ਵਿੱਚ 30 ਸਾਲ ਤੋਂ ਵੱਧ ਸੇਵਾ ਕੀਤੀ, ਉੱਥੇ ਮੈਨੂੰ ਸੁਭਾਗ ਮਿਲਿਆ ਇਹੋ ਜਿਹੇ ਅਦਾਰੇ ਨਾਲ ਕੰਮ ਕਰਨ ਦਾ, ਅਤੇ ਅੱਜ ਵੀ ਮੈਂ ਇੱਥੋਂ ਅਜੀਤ ਲਈ ਸਾਊਥ ਆਸਟ੍ਰੇਲੀਆ ਤੋਂ ਕੰਮ ਕਰ ਰਿਹਾ, ਅਤੇ ਮਾਣ ਮਹਿਸੂਸ ਕਰਦਾ ਕਿ ਮੈਂ ਇਹੋ ਜਿਹੇ ਅਦਾਰੇ ਨਾਲ ਜੁੜਿਆ। ਵਾਜੀ ਵਾ, ਬਹੁਤ ਚੰਗੀ ਗੱਲ ਹੈ। ਅਤੇ ਇਹ ਜਿਹੜਾ ਕੰਮ ਆਪਾਂ ਆਪਣੀ ਜਗ੍ਹਾ 'ਤੇ, ਉੱਦਾਂ ਰੌਬੀ ਜੀ ਇੱਥੇ ਜ਼ਿਆਦਾਤਰ ਪੰਜਾਬੀਆਂ ਦੇ ਕੀ ਕੰਮ ਕਾਰ ਨੇ? ਜਿਵੇਂ ਅਸੀਂ ਅਮਰੀਕਾ ਦੀ ਗੱਲ ਕਰੀਏ ਤਾਂ ਸਟੋਰ ਵਗੈਰਾ ਹੈਗੇ ਨੇ, ਗੈਸ ਸਟੇਸ਼ਨ ਨੇ ਜਾਂ ਹੋਟਲ ਨੇ, ਤੇ ਆਸਟ੍ਰੇਲੀਆ ਦੇ ਵਿੱਚ ਕਿਸ ਤਰ੍ਹਾਂ ਦੇ ਬਿਜ਼ਨਸ ਨੇ ਜ਼ਿਆਦਾ? ਉਦਾਂ ਦੇ ਹੀ ਹੈ ਜੀ ਸਾਰਾ ਕੁਛ। ਜਦੋਂ ਮੈਂ ਨਜ਼ਰ ਮਾਰਦਾ, ਅੱਖਾਂ ਬੰਦ ਕਰਕੇ ਦੇਖਦਾ ਇੱਥੋਂ ਤੇ ਉੱਥੇ ਨੂੰ, ਸਿਰਫ ਇਹ ਆ ਕਿ ਇਹਨਾਂ ਦੀ ਅਪਰੋਚ ਥੋੜੀ ਜਿਹੀ ਡਿਫਰੈਂਟ ਆ। ਉਹਦੇ ਪਿੱਛੇ ਕਈ ਕਾਰਨ ਇਹ ਵੀ ਨੇਗੇ ਕਿ ਮੈਂ ਡੀਮੋਟੀਵੇਟ ਵੀ ਨਹੀਂ ਕਰੂੰਗਾ ਕਿ ਇੱਥੇ ਆਈਲੈਟਸ ਵਾਲੇ ਇੱਕ ਪੂਰੇ ਪ੍ਰੋਸੈਸ ਰਾਹੀਂ ਬੱਚਾ ਆਉਂਦਾ ਇੱਥੇ, ਔਰ ਉਹਨਾਂ ਜ਼ਿਆਦਾ ਜਿਹੜੇ 80% ਨੇ ਨੌਜਵਾਨ ਆਏ ਨੇ, ਉਹਨਾਂ ਦੇ ਵਿੱਚ ਅਡੋਪਟਬਿਲਿਟੀ ਜਿਹੜੀ ਆ, ਗ੍ਰਹਿਣ ਕਰਨ ਦੀ ਜਿਹੜੀ ਕਸ਼ਮਤਾ, ਉਹ ਜ਼ਿਆਦਾ ਹੁੰਦੀ ਆ ਦੂਜਿਆਂ ਦੇ ਮੁਕਾਬਲੇ। ਸੋ ਉਹ ਅਡੋਪਟ ਕਰ ਲੈਂਦੇ ਨੇ ਇੱਥੋਂ ਦੇ ਇਨਵਾਇਰਮੈਂਟ ਨੂੰ ਬੜੀ ਜਲਦੀ। ਇੱਕ ਚੀਜ਼ ਹੋਰ, ਦੋ ਚੀਜ਼ਾਂ ਮੈਂ ਇੱਥੇ ਹੋਰ ਮੈਂਸ਼ਨ ਕਰਨੀਆਂ ਚਾਹੂੰਗਾ। ਇੱਕ ਤੁਸੀਂ ਉਹ ਅਖਬਾਰ ਦੀ ਗੱਲ ਕੀਤੀ, ਸਾਊਥ ਆਸਟ੍ਰੇਲੀਆ ਪਹਿਲੀ ਸਟੇਟ ਆ ਜੀ ਆਸਟ੍ਰੇਲੀਆ ਦੇ ਵਿੱਚੋਂ ਜਿੱਥੇ ਪਲਾਸਟਿਕ ਬੈਨ ਹੋਇਆ। ਅੱਛਾ, ਇੱਥੇ ਪਲਾਸਟਿਕ ਸਟੋਰਾਂ ਦੇ ਵਿੱਚ ਸਟਰਾ ਪਲਾਸਟਿਕ ਦੀ ਨਹੀਂ ਮਿਲੂਗੀ, ਹਰ ਚੀਜ਼ ਪਲਾਸਟਿਕ ਆਲਮੋਸਟ ਟੋਟਲੀ ਬੈਨ ਹੋ ਗਿਆ ਇੱਥੇ। ਅੱਛਾ, ਤੇ ਇਸ ਤੋਂ ਦੂਸਰੀਆਂ ਸਾਰੀਆਂ ਸਟੇਟਾਂ ਨੇ ਫੋਲੋ ਕੀਤਾ, ਤੇ ਉਸ ਕਰਕੇ ਇੱਥੇ ਲੰਗਰ ਹਾਲ ਦੇ ਵਿੱਚ ਇੱਦਾਂ ਦੀਆਂ ਪਲਾਸਟਿਕ ਦੀਆਂ ਜਿਹੜੀਆਂ ਚੀਜ਼ਾਂ ਨੇਗੀਆਂ, ਉਹ ਨਹੀਂ ਤੁਹਾਨੂੰ ਦੇਖਣ ਨੂੰ ਮਿਲਣਗੀਆਂ। ਸੋ ਇਹ ਬੜਾ ਪੁਆਇੰਟ ਆ ਜੀ। ਇੱਕ ਮੇਰੇ ਇੱਥੇ ਹਮੇਸ਼ਾ ਜਿਹੜੀ ਚੀਜ਼ ਯਾਦ ਆਉਂਦੀ ਆ, ਯੂਬਾ ਸਿਟੀ ਬਹੁਤ ਯਾਦ ਆਉਂਦੀ ਆ, ਉਹ ਕਦੋਂ ਆਉਂਦੀ ਆ ਮੇਲਿਆਂ ਦੇ ਉੱਪਰ, ਉਹ ਤਾਂ ਕਰਕੇ ਆਉਂਦੀ ਆ ਕਿਉਂਕਿ ਇੱਥੇ ਗਰੇਵਾਲ ਭਰਾ ਨੇ ਉਹ ਸਾਰਿਆਂ ਨੂੰ ਬਦਾਮ ਵੰਡਦੇ ਨੇ ਜੀ। ਅੱਛਾ, ਉਹ ਖੇਤੀ ਕਰ ਪਰ ਉਹ ਖੇਤੀ ਕਰਦੇ ਨੇ ਬਦਾਮਾਂ ਦੀ ਜੀ, ਤੇ ਮੇਲਿਆਂ ਦੇ ਵਿੱਚ ਉਹ ਢੇਰ ਲਾ ਦਿੰਦੇ ਨੇ ਬਦਾਮਾਂ ਦੇ। ਸੋ ਦਿਲ ਕੇ ਬਦਾਮ ਵੰਡਦੇ ਨੇ ਜੀ, ਗਰੇਵਾਲ ਆਟਾ ਚੱਕੀ ਦੇ ਨਾਂ ਤੇ ਉਹਨਾਂ ਦਾ ਆਟਾ ਵਿਕਦਾ ਗਾ, ਸਾਰੇ ਲੋਕ ਉਹਨਾਂ ਦਾ ਆਟਾ ਖਾਂਦੇ ਨੇ ਇੱਥੇ, ਤੇ ਉਹਨਾਂ ਨੂੰ ਵੀ ਸਾਰੀ ਮਿਲ ਦਾ ਕਮਿਊਨਿਟੀ ਮੂੰਹੋਂ ਕਹੇ ਨਾ ਕਹੇ ਉਹਨਾਂ ਦੇ ਬਹੁਤ ਧੰਨਵਾਦੀ ਨੇ, ਕਿਉਂਕਿ ਜੇ ਇੱਕ ਨੂੰ ਦੇ ਤਾਂ ਦੂਜਾ ਦੁਕਾਨ ਤੋਂ ਖਰੀਦ ਲਿਆਉਂਦਾ, ਚਲੋ ਆਦਤ ਤਾਂ ਪੈਂਦੀ ਹੈ ਨਾ ਬਦਾਮ ਖਾਣ ਦੀ। ਜੀ ਬਿਲਕੁਲ ਬਿਲਕੁਲ ਬਿਲਕੁਲ। ਤੇ ਰੌਬੀ ਜੀ ਆਪਾਂ ਥੋੜੀ ਦੇਰ ਵਾਸਤੇ, ਗੁਰਮੀਤ ਜੀ ਕੀ ਕਹਿ ਰਹੇ ਨੇ? ਮੈਂ ਕਿਹਾ ਜੀ ਗਰੇਵਾਲ ਸਾਹਿਬ ਆ ਰਹੇ ਆ, ਸਾਰਿਆਂ ਨੂੰ ਜੋ ਵੀ ਇੱਥੇ ਨੌਜਵਾਨ ਕਬੱਡੀ ਦੇ ਪਲੇਅਰ ਹੋਣਗੇ ਜਾਂ ਗੱਤਕੇ ਦੇ ਪਲੇਅਰ ਹੋਣਗੇ,
ਸਾਰਿਆਂ ਨੂੰ ਬਾਦਾਮ ਦਾ ਇੱਕ ਇੱਕ ਪੈਕਟ ਦੇਣਗੇ। ਮੇਰੇ ਖਿਆਲ 250 255 ਕਿਲੋ ਉਹ ਬਾਦਾਮ ਲੈ ਕੇ ਆ ਰਹੇ ਆ। ਉਹਨਾਂ ਵੱਲੋਂ ਇਸ ਤੌਰ ਤੇ ਟੈਲੀਫੋਨ ਰਾਹੀਂ ਦੱਸਿਆ ਗਿਆ ਕਿ ਜਿੰਨੇ ਬਾਦਾਮ ਕਹੋਗੇ ਤੁਹਾਨੂੰ ਮੁਹੱਈਆ ਕਰਾ ਦੇਵਾਂਗੇ। ਤੇ ਇਹ ਬੜੀ ਚੰਗੀ ਗੱਲ ਹੈ ਕਿ ਜਿਹੜੇ ਵਰਜਿਸ਼ ਕਰਦੇ ਆ ਉਹਨਾਂ ਨੂੰ ਬਾਦਾਮ ਦੀ ਲੋੜ ਹੁੰਦੀ ਹੈ ਤੇ ਮੁਹੱਈਆ ਕਰਾਏ ਜਾਣਗੇ ਤਾਂ ਕਿ ਉਹ ਛੱਕ ਕੇ ਹੋਰ ਵੀ ਅੱਗੇ ਤੋਂ ਵਰਜਿਸ਼ ਕਰਨ, ਚੰਗਾ ਨਾਮ ਕਮਾਉਣ, ਪੰਜਾਬੀ ਮੋਹਰੇ ਆਉਣ। ਜੀ ਰੋਬੀ ਜੀ, ਥੋੜ੍ਹੀ ਦੇਰ ਵਾਸਤੇ ਆਪਾਂ ਤੁਹਾਡੇ ਨਾਲ ਹੋਰ ਗੱਲ ਕਰਾਂਗੇ ਕੋਈ ਵੀ ਮੇਲੇ ਬਾਰੇ, ਜਾਂ ਅਤੇ ਇੱਕ ਬ੍ਰੇਕ ਲੈਣੀ ਪਏਗੀ। ਤੁਸੀਂ ਜੁੜੇ ਰਹੋ, ਜੇ ਗੁਰਮੀਤ ਜੀ ਨੇ ਕੋਈ ਕੰਮ ਕਾਰ ਕਰਨਾ ਬਿਜ਼ੀ ਹੋਣਗੇ ਅਤੇ ਕਰ ਲੈਣ, ਤੁਸੀਂ ਥੋੜ੍ਹੀ ਦੇਰ ਵਾਸਤੇ ਹੋਰ ਸਾਡੇ ਨਾਲ ਜੁੜਿਓ। ਅਤੇ ਆਸਟ੍ਰੇਲੀਆ ਦੇ ਵਿੱਚ ਅੱਜ ਸਾਡੇ ਦਰਸ਼ਕਾਂ ਨੂੰ ਅਸੀਂ ਲੈ ਕੇ ਗਏ ਹਾਂ ਆਸਟ੍ਰੇਲੀਆ ਦੇ ਵਿੱਚ ਮੇਲਾ, ਵਿਸਾਖੀ ਮੇਲਾ, ਪਹਿਲਾ ਵਿਸਾਖੀ ਮੇਲਾ ਕੋਵਿਡ ਤੋਂ ਬਾਅਦ ਅਗਰ ਮੇਲੇ ਦੀ ਗੱਲ ਕਰੀਏ ਤਾਂ ਪਹਿਲਾਂ ਅਸੀਂ ਕਹਿ ਸਕਦੇ ਹਾਂ ਸ਼ੁਰੂਆਤ ਉੱਥੋਂ ਹੋ ਰਹੀ ਆ। ਆਉਣ ਵਾਲੇ ਸਮੇਂ 'ਚ ਇਸ ਉਮੀਦ ਦੇ ਨਾਲ ਕਿ ਪੂਰੀ ਦੁਨੀਆ ਦੇ ਵਿੱਚ ਫਿਰ ਤੋਂ ਮੇਲੇ ਲੱਗਣਗੇ, ਵਿਸਾਖੀ ਮੇਲੇ ਲੱਗਣਗੇ। ਅਤੇ ਇੱਕ ਫੇਰ ਬ੍ਰੇਕ ਲੈ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੋਵਾਂਗੇ। ਦੇਖਦੇ ਰਹੋ ਜਸ ਪੰਜਾਬੀ। ਹਾਜ਼ਰ ਹੈ ਜੀ, ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਆਸਟ੍ਰੇਲੀਆ ਦੇ ਵਿੱਚ ਅੱਜ ਤੁਹਾਨੂੰ ਘੁੰਮਾ ਰਿਹਾ ਮੈਂ, ਔਰ ਬੜਾ ਮਜ਼ਾ ਆ ਰਿਹਾ। ਔਰ ਖਾਸ ਤੌਰ 'ਤੇ ਮੇਲਿਆਂ ਦੀ ਗੱਲ ਕਰਕੇ ਤਾਂ ਹੋਰ ਵੀ ਨਜ਼ਾਰਾ ਆ ਜਾਂਦਾ ਜਦੋਂ ਅਸੀਂ ਮੇਲਾ, ਮੇਲੇ ਦਾ ਨਾਂ ਲੈਂਦੇ ਹਾਂ, ਮੇਲਾ ਦਿਮਾਗ ਦੇ ਵਿੱਚ ਘੁੰਮਦਾ। ਵੈਸੇ ਤਾਂ ਕਹਿੰਦੇ ਮੇਲਾ ਮੇਲੀਆਂ ਦਾ, ਪੈਸੇ ਧੇਲੀਆਂ ਦਾ, ਪੱਲੇ ਨਹੀਂ ਧੇਲਾ ਤਾਂ ਕਰਦੀ ਮੇਲਾ ਮੇਲਾ। ਪੈਸੇ ਦੇ ਨਾਲ ਮੇਲਾ ਹੁੰਦਾ ਪਰ ਇੰਜੋਏ ਕਰਨ ਵਾਲੇ ਬਿਨਾਂ ਪੈਸੇ ਤੋਂ ਵੀ ਕਰ ਲੈਂਦੇ ਨੇ। ਰੋਬੀ ਬੈਨੀਪਾਲ ਸਾਹਿਬ ਸਾਡੇ ਨਾਲ ਥੋੜ੍ਹੀ ਦੇਰ ਵਾਸਤੇ ਹੋਰ ਜੁੜੇ ਨੇ, ਉਹਨਾਂ ਨੂੰ ਜਾਣਦੇ ਹਾਂ ਜੀ ਹੋਰ ਗੱਲਾਂ ਬਾਤਾਂ। ਰੋਬੀ ਸਾਹਿਬ, ਅਤੇ ਅੱਛਾ ਜੀ, ਆਪਾਂ ਮੇਲਿਆਂ ਦੀ ਗੱਲ ਕਰ ਰਹੇ ਹਾਂ ਅਤੇ ਬੜਾ ਵਧੀਆ ਲੱਗ ਰਿਹਾ ਅੱਜ ਇਹ ਗੱਲ ਕਰਕੇ। ਅਤੇ ਨਾਲ ਨਾਲ ਅਸੀਂ ਅਗਰ ਗੱਲ ਕਰੀਏ ਵੀ ਅਸੀਂ ਜਦੋਂ ਕਿਸੇ ਮੇਲੇ 'ਤੇ ਜਾਂਦੇ ਹਾਂ, ਬੱਚਿਆਂ ਦੀ ਖਾਸ ਤੌਰ 'ਤੇ ਗੱਲ ਕਰੀਏ, ਈਵਨ ਇੱਥੇ ਨਗਰ ਕੀਰਤਨ 'ਤੇ ਵੀ ਜਦੋਂ ਜਾਂਦੇ ਅਸੀਂ ਕਿਸੇ 'ਤੇ ਪਰਿਵਾਰ ਨਾਲ, ਬੱਚਿਆਂ ਦੇ ਨਾਲ, ਤਾਂ ਬਾਹਲੇ ਬੱਚਿਆਂ ਨੂੰ ਪਤਾ ਨਹੀਂ ਹੁੰਦਾ ਵੀ ਅੱਜ ਅਸੀਂ ਇਸ ਜਗ੍ਹਾ ਕਿਸ ਕਰਕੇ ਇਕੱਠੇ ਹੋਏ ਹਾਂ। ਬਈ ਇਹ ਅੱਜ ਅਸੀਂ ਪੁੱਛੇ ਸੀ ਸਵਾਲ ਇੱਥੇ ਨਗਰ ਕੀਰਤਨ ਯੂਨੀਵਰਸਿਟੀ ਜਾਂ ਕਿਤੇ ਵੀ ਬੱਚਿਆਂ ਨੂੰ ਜਦੋਂ ਪੁੱਛਦੇ ਸੀ ਤਾਂ ਅੱਧਿਆਂ ਨੂੰ ਤਾਂ ਕਹਿੰਦੇ ਵੀ ਆਈ ਡੋਂਟ ਨੋ ਕਾਹਤੋਂ ਆਏ ਹਾਂ। ਸੋ ਇੱਕ ਇਹ ਵੀ ਅਸੀਂ ਜ਼ਰੂਰ ਉਪਰਾਲਾ ਕਰੀਏ ਪੰਜਾਬੀ ਹੋਣ ਦੇ ਨਾਤੇ, ਪੰਜਾਬੀਅਤ ਦੇ ਨਾਤੇ ਵੀ ਬੱਚਿਆਂ ਨੂੰ ਜਦੋਂ ਅਸੀਂ ਕਿਤੇ ਲੈ ਕੇ ਜਾਂਦੇ ਹਾਂ ਤਾਂ ਉਹਦਾ ਇਤਿਹਾਸ ਜ਼ਰੂਰ ਦੱਸੀਏ। ਕੀ ਖਿਆਲ ਤੁਹਾਡਾ? ਬਿਲਕੁਲ, ਇਹਨਾਂ ਨੇ ਇਸ ਚੀਜ਼ ਨੂੰ ਵੀ ਨਹੀਂ ਮਿਸ ਕੀਤਾ ਜੀ। ਇਹਨਾਂ ਨੇ ਜਿੰਨੇ ਵੀ ਗੁਰਦੁਆਰਾ ਸਾਹਿਬ ਨੇ ਇੱਥੇ, 3-4 ਗੁਰਦੁਆਰਾ ਸਾਹਿਬ ਨੇ ਇੱਥੇ, ਉਹਨਾਂ ਦੇ ਵਿੱਚ ਇੰਗਲਿਸ਼ ਦੇ ਵਿੱਚ ਇੱਕ ਪੇਪਰ ਰੱਖਿਆ ਉੱਥੇ, ਤੇ ਜਿਸ ਦੇ ਵਿੱਚ ਖਾਲਸਾ ਪੰਥ ਦੀ ਸਥਾਪਨਾ ਦੀ ਪੂਰੀ ਹਿਸਟਰੀ ਦੱਸੀ ਗਈ ਆ। ਅੱਛਾ। ਔਰ ਪੜ੍ਹਨ ਲਈ ਦਿੱਤਾ ਗਿਆ। ਉਸ ਦੇ ਵਿੱਚੋਂ ਇੱਕ ਟੀਮ ਇੱਥੇ 3 ਜਾਣਿਆਂ ਦੀ 4 ਜਾਣਿਆਂ ਦੀ ਬੱਚਿਆਂ ਤੋਂ ਉਹਨਾਂ ਤੋਂ ਸਵਾਲ ਪੁੱਛੂਗੀ। ਸੋ ਉਹਦੇ ਵਿੱਚ ਇੱਕ ਉਮਰ ਲਿਮਿਟ ਵੀ ਰੱਖੀ ਗਈ ਹੈ ਇਹਨਾਂ ਨੇ ਕਿ ਉਸ ਉਮਰ ਦੇ ਬੱਚਿਆਂ ਤੋਂ ਸਵਾਲ ਪੁੱਛੇ ਜਾਣਗੇ। ਕਾਈਂਡ ਆਫ ਇੱਕ ਸਟੱਡੀ ਮਟੀਰੀਅਲ ਦੇ ਦਿੱਤਾ ਗਿਆ ਉਹਨਾਂ ਨੂੰ ਕਾਫੀ ਸਾਰਾ। ਸੋ ਉਹ ਮੇਰੇ ਖਿਆਲ ਦੇ ਵਿੱਚ ਚੰਗਾ ਰਿਜ਼ਲਟ ਆਊਗਾ ਉਸ ਚੀਜ਼ ਦਾ ਜੀ। ਤੇ ਅਸੀਂ ਪੰਜਾਬੀ ਦੀ ਗੱਲ ਕੀਤੀ ਹੈ ਤੇ ਪੰਜਾਬੀ ਅੱਜ ਕੱਲ ਬੱਚੇ ਬੋਲ ਤਾਂ ਲੈਂਦੇ ਨੇ ਜੀ, ਲਿਖਦੇ ਨਹੀਂ ਹੈਗੇ। ਪੰਜਾਬੀ ਲਿਖਣੀ ਨਹੀਂ ਆਉਂਦੀ ਬੱਚਿਆਂ ਨੂੰ, ਬੋਲ ਤਾਂ ਲੈਂਦੇ ਨੇ ਘਰਾਂ 'ਚ ਬੋਲਦੇ ਕਰਕੇ। ਤੇ ਕੀ ਇਹਦੇ ਬਾਰੇ ਤੁਹਾਡਾ ਕੀ ਖਿਆਲ ਹੈ, ਕੀ ਹੋਣਾ ਚਾਹੀਦਾ ਤਾਂ ਕਿ ਬੱਚੇ ਪੰਜਾਬੀ ਨਾਲ ਆਉਣ ਵਾਲੀ ਪੀੜ੍ਹੀ ਵੀ ਜੁੜੀ ਰਹੇ? ਕਿਉਂਕਿ ਅਸੀਂ ਗੱਲ ਕਰੀਦੀ ਹਮੇਸ਼ਾ ਇੰਗਲੈਂਡ ਦੀ ਗੱਲ ਕਰੀਏ ਤਾਂ ਉੱਥੇ 5ਵੀਂ ਪੀੜ੍ਹੀ ਆ ਗਈ ਹੈ, ਉੱਥੇ ਪੰਜਾਬੀ ਤਾਂ ਦਿਸਦੇ ਨੇ, ਪੰਜਾਬੀ ਘੱਟ ਦਿਸਦੀ ਆ ਬਹੁਤ ਸਾਰੇ ਘਰਾਂ 'ਚ ਹੈਗੀ ਆ। ਅਮੈਰੀਕਾ ਦੀ ਗੱਲ ਕਰੀਏ ਤਕਰੀਬਨ 4ਥੀ ਪੀੜ੍ਹੀ ਆ ਗਈ, ਕਨੇਡਾ 3ਜੀ ਪੀੜ੍ਹੀ ਆ ਗਈ। ਆਸਟ੍ਰੇਲੀਆ ਹਜੇ ਇਸ ਪੱਖੋਂ ਬਿਲਕੁਲ ਫਰੈਸ਼ ਹੈਗਾ ਕਿ ਉੱਥੇ ਬਿਲਕੁਲ ਪੰਜਾਬੀ ਜਿਹੜੀ ਆ ਉਹਦਾ ਬਹੁਤ ਵਧੀਆ ਤਰੀਕੇ ਨਾਲ ਧਿਆਨ ਰੱਖਿਆ ਜਾ ਰਿਹਾ। ਅਤੇ ਪੰਜਾਬੀ ਲਿਪੀ ਜਿਹੜੀ ਹੈਗੀ ਆ, ਲਿਪੀ ਦਾ ਵੀ ਬਾਹਲੇ ਲੋਕਾਂ ਨੂੰ, ਦਰਸ਼ਕਾਂ ਨੂੰ ਨਹੀਂ ਪਤਾ, ਇਹਦੇ ਬਾਰੇ ਤੁਹਾਡਾ ਕੀ ਵਿਚਾਰ? ਇਹ ਬਹੁਤ ਵਧੀਆ ਸਵਾਲ ਕੀਤਾ ਤੁਸੀਂ। ਇਸ ਦੇ ਬਾਰੇ 'ਚ ਮੈਂ 2 ਵਾਰੀ ਮੇਰੇ ਦਿਮਾਗ ਦੇ ਵਿੱਚ ਬਹੁਤ ਜ਼ਿਆਦਾ ਹਿਲਜੁਲ ਹੋਈ। ਇੱਕ ਪਹਿਲਾਂ ਮੇਰੇ ਆਪਣੇ ਰਿਸ਼ਤੇਦਾਰ ਨੇ ਮੈਲਬੌਰਨ ਦੇ ਵਿੱਚ ਗਿਆ, ਮੈਂ ਉਹਨਾਂ ਨੇ ਆਪਣੀ ਕੰਧ ਦੇ ਉੱਪਰ ਊੜਾੜਾ ਲਿਖਿਆ ਹੋਇਆ। ਅੱਛਾ। ਤੇ ਉਹਨਾਂ ਵੱਡੇ ਵੱਡੇ ਅੱਖਰਾਂ ਦੇ ਵਿੱਚ ਜਿੱਦਾਂ ਊੜੇ ਆੜੇ ਦੇ ਨਾਲ ਹੀ ਉਹ ਡਿਜ਼ਾਇਨ ਕੀਤੀ ਗਈ ਕੰਧ। ਤੇ ਉਸ ਤੋਂ ਬਾਅਦ ਉਹਨਾਂ ਦੇ ਬੱਚਿਆਂ ਨੂੰ ਜਿਹੜੀ ਪੇਂਟਿੰਗ ਦਾ ਸ਼ੌਕ ਆ, ਉਹ ਪੇਂਟਿੰਗ ਜਿਹੜੀ ਕਰਵਾਉਂਦੇ ਨੇ ਉਹਨਾਂ ਦੇ ਪੇਰੈਂਟਸ, ਉਹ ਲਿਪੀ ਦੇ ਵਿੱਚ ਕਰਾਉਂਦੇ ਨੇ ਕਿ ਚਲੋ ਵੀ ਅੱਜ ਆੜੇ ਦੀ ਪੇਂਟਿੰਗ ਕਰੀਏ, ਆੜੇ ਨੂੰ ਕਿਸ ਕਿਸ ਸ਼ੇਪ ਦੇ ਵਿੱਚ ਅਸੀਂ ਬਣਾ ਸਕਦੇ ਹਾਂ। ਬੱਚਿਆਂ ਦੀ ਉਹ ਜਿਹੜੀ ਹੈ, ਜਿਹੜੀ ਉਹਨਾਂ ਦੀ ਸਕਿੱਲ ਆ, ਉਹ ਵੀ ਫੁਲਫਿਲ ਹੋ ਜਾਂਦੀ ਹੈ ਤੇ ਨਾਲ ਦੀ ਨਾਲ ਉਹ ਲਿਪੀ ਨਾਲ ਜੁੜ ਜਾਂਦੇ ਆ ਜੀ। ਸਾਡੇ ਇੱਕ ਪੰਜਾਬੀ ਮੀਡੀਆ ਦੇ ਨਾਲ ਮੈਲਬੌਰਨ ਤੋਂ ਸਾਡੇ ਰਿਪ੍ਰੈਜੈਂਟੇਟਿਵ ਨੇ ਭੁੱਲਰ ਸਾਹਿਬ, ਉਹਨਾਂ ਨੇ ਅੱਜ ਹੀ ਅਜੇ ਸਵੇਰੇ ਪੋਸਟ ਕੀਤੀ ਤੇ ਕੁਦਰਤੀ ਤੁਸੀਂ ਗੱਲ ਕਰ ਲਈ ਆ ਤਾਂ ਮੈਂ ਉਹ ਤੋਂ ਬੜਾ ਇੰਸਪਾਇਰ ਹੋਇਆ ਪੋਸਟ ਤੋਂ। ਉਹਨਾਂ ਨੇ ਆਪਣੇ ਬੈਕਯਾਰਡ ਦੇ ਵਿੱਚ ਜਿਹੜੀ ਵਾਲ ਆ ਗਈ, ਬੈਕਯਾਰਡ ਦੇ ਵਿੱਚ ਜਿਹੜੀ ਆਪਣੇ ਦੀਵਾਰ ਹੁੰਦੀ ਆ, ਉਸ ਦੀਵਾਰ ਦੇ ਉੱਪਰ ਊੜਾੜਾ ਲਿਖਿਆ ਵੱਡੇ ਵੱਡੇ ਅੱਖਰਾਂ ਦੇ ਵਿੱਚ ਘਰ ਦੇ ਵਿੱਚ। ਤੇ ਉਹ ਉਹਨੇ ਆਪਣੇ ਨਵੇਂ ਘਰ ਦੇ ਵਿੱਚ ਐਂਟਰ ਹੋਏ ਹੋਏ ਨੇ ਤੇ ਉਹਨੇ ਉਹ ਫੋਟੋਆਂ ਜਿੱਥੇ ਹੋਰ ਸਾਰੀਆਂ ਫੋਟੋਆਂ ਪਈਆਂ, ਸਭ ਤੋਂ ਜ਼ਿਆਦਾ ਮੈਨੂੰ ਉਸ ਫੋਟੋ ਨੇ ਅਟਰੈਕਟ ਕੀਤਾ ਕਿ ਬੱਚਿਆਂ ਨੇ ਬੈਕਯਾਰਡ ਦੇ ਵਿੱਚ ਖੇਡਣਾ ਤਾਂ ਉਹ ਕਿਸੇ ਨਾ ਕਿਸੇ ਸਟੇਜ ਤੇ ਉਹਨਾਂ ਦੇ ਅੱਖਾਂ ਦੇ ਵਿੱਚ, ਕਿਉਂਕਿ ਅਸੀਂ ਇਨਸਾਨ ਆ ਪਿਕਚਰ ਦੇ ਰੂਪ ਦੇ ਵਿੱਚ ਕੋਈ ਵੀ ਚੀਜ਼ ਆ ਐਕਸੈਪਟ ਕਰਦਾ, ਤਾਂ ਉਹ ਅੱਖਰਾਂ ਉਹ ਲਿਪੀ ਬਹੁਤ ਹੀ ਜ਼ਿਆਦਾ ਜ਼ਰੂਰੀ ਆ। ਜੱਗੀ ਜੀ, ਮੈਂ ਤੁਹਾਡੇ ਇਸ ਮਾਧਿਅਮ ਦੇ ਰਾਹੀਂ ਮਾਪਿਆਂ ਨੂੰ ਬੇਨਤੀ ਕਰੂੰਗਾ
ਭਾਸ਼ਾ ਨੂੰ ਜਿੰਦੇ ਰੱਖਣ ਵਾਸਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਦੇਖੋ ਜੀ ਥੋੜਾ ਜਿਹਾ ਹੋਰ ਜਿਹੜੇ ਧਰਮ ਨੇਗੇ ਜਦੋਂ ਵੀ ਸ਼ੁਰੂ ਹੋਏ ਹੋਣੇ ਆ ਉਹ ਉਸ ਨੂੰ ਮੋਡੀਫਾਈ ਜਿੱਦਾਂ ਫੋਨ ਦੇ ਨੈਕਸਟ ਵਰਜ਼ਨ ਆ ਜਾਂਦੇ ਨੇ ਉਹਨਾਂ ਨੂੰ ਅਸੀਂ ਉਹਦਾ ਫੋਨ ਦਾ i5 ਹੋ ਗਿਆ ਜੀ i6 ਹੋ ਗਿਆ i7 ਹੋ ਗਿਆ ਉਸੇ ਤਰ੍ਹਾਂ ਹੀ ਅਸਲ 'ਚ ਧਰਮ ਸਾਰੇ ਹੈ ਤਾਂ ਇੱਕੋ ਹੀ ਨੇਗੇ ਸਪਿਰਚੁਅਲਿਟੀ ਤਾਂ ਸੇਮ ਹੀ ਆ ਬਟ ਉਹ ਜਿਉਂ ਜਿਉਂ ਅੱਗੇ ਅੱਗੇ ਵੱਧਦੇ ਗਏ ਉਹਨਾਂ ਨੂੰ ਡਿਫਰੈਂਟ ਨਾਮ ਮਿਲਦਾ ਗਿਆ ਪਰ ਉਹ ਉਹਦੇ ਵਿੱਚ ਪਿਓਰਿਟੀ ਆਉਂਦੀ ਗਈ ਆ ਸੋ ਸਿੱਖਿਜ਼ਮ ਆ ਜਿਹੜਾ ਉਹ ਜੰਗੇਸਟ ਜਿਹੜਾ ਰਿਲੀਜਨ ਮੰਨਿਆ ਜਾਂਦਾ ਵਰਲਡ ਦੇ ਵਿੱਚ ਔਰ ਇਸ ਨੂੰ ਪੰਜਾਬੀ ਲਿਪੀ ਦੇ ਵਿੱਚ ਲਿਖਿਆ ਗਿਆ ਜੇ ਪੰਜਾਬੀ ਲਿਪੀ ਨੂੰ ਅਸੀਂ ਨਹੀਂ ਜਾਣਾਂਗੇ ਤਾਂ ਜਿਹੜਾ ਉਸ ਨੂੰ ਪੜ੍ਹ ਕੇ ਸੁਣਾਊਗਾ ਤਾਂ ਉਸ ਦੇ ਸਿਰ ਤੇ ਆ ਕਿ ਉਹ ਸਾਨੂੰ ਰਾਈਟ ਵੇ ਦੱਸ ਰਿਹਾ ਜਾਂ ਰੋਂਗ ਵੇ ਦੱਸ ਰਿਹਾ ਜੀ ਤਾਂ ਉਹੀ ਇੱਕ ਕਾਰਨ ਹੋਇਆ ਸੀ ਜਦੋਂ ਹਿੰਦੂਇਜ਼ਮ ਦੇ ਵਿੱਚ ਐਦਾਂ ਦੀਆਂ ਕਮੀਆਂ ਪੇਸ਼ੀਆਂ ਆਈਆਂ ਸੀ ਲੋਕ ਜਿਹੜੇ ਪੁਜਾਰੀ ਸੀਗੇ ਉਹ ਕਿਦਾਂ ਆਪਾਂ ਸਾਰਾ ਉਸ ਹਿਸਟਰੀ ਪੜ੍ਹੀ ਹੋਈ ਆ ਬਿਲਕੁਲ ਸੋ ਇਦੋਂ ਪਹਿਲਾਂ ਕਿ ਐਦਾਂ ਦੀ ਸਿਚੁਏਸ਼ਨ ਫਿਊਚਰ ਦੇ ਵਿੱਚ ਹੋਵੇ ਸਾਨੂੰ ਆਪਣੇ ਬੱਚਿਆਂ ਨੂੰ ਪੰਜਾਬੀ ਲਿਪੀ ਦੇ ਨਾਲ ਜ਼ਰੂਰ ਜੋੜਨਾ ਚਾਹੀਦਾ ਜੋ ਖੁਦ ਪੜ੍ਹ ਸਕਣ ਤੇ ਅਸੀਂ ਪੰਜਾਬੀ ਦੀ ਗੱਲ ਕਰੀਏ ਪੰਜਾਬੀ ਲਿਪੀ ਤੋਂ ਪਹਿਲਾਂ ਪੰਜਾਬੀ ਦੀ ਗੱਲ ਕਰੀਏ ਤਾਂ ਮੈਂ ਜਿਹੜੀ ਇੱਥੇ ਚੀਜ਼ ਮਹਿਸੂਸ ਕੀਤੀ ਆ ਵੀ ਘਰਾਂ ਤੇ ਗੁਰੂ ਘਰਾਂ ਵਿੱਚ ਤਾਂ ਪੰਜਾਬੀ ਲਾਜ਼ਮੀ ਬੋਲਣੀ ਚਾਹੀਦੀ ਹੈ ਜੀ ਜਿਹੜੇ ਲੋਕ ਘਰਾਂ 'ਚ ਨਹੀਂ ਬੋਲਦੇ ਔਰ ਗੁਰੂ ਘਰਾਂ 'ਚ ਵੀ ਜਾ ਕੇ ਮੈਂ ਇੱਥੇ ਕਈ ਵਾਰੀ ਸਾਡੇ ਦਰਸ਼ਕਾਂ ਨਾਲ ਗੱਲ ਸਾਂਝੀ ਕੀਤੀ ਹੈ ਇੱਕ ਗੁਰੂ ਘਰ 'ਚ ਗਏ ਅਤੇ ਉੱਥੇ ਉਹ ਬੱਚਿਆਂ ਨਾਲ ਅੰਗਰੇਜ਼ੀ 'ਚ ਜੋੜਾ ਘਰ ਤੋਂ ਲੈ ਕੇ ਅੰਗਰੇਜ਼ੀ 'ਚ ਜੋੜਾ ਉਤਾਰੋ ਜਿੱਧਰ ਰੱਖੋ ਅੰਦਰ ਕਰੋ ਮੱਥਾ ਵੀ ਟੇਕੋ ਅੰਗਰੇਜ਼ੀ 'ਚ ਬਾਹਰ ਲੰਗਰ ਵੀ ਡੋਂਟ ਡੂ ਦਿਸ ਤੋਂ ਮੁੜ ਕੇ ਜਦੋਂ ਦੁਬਾਰਾ ਜੋੜੇ ਪਾਉਣ ਆਏ ਤਾਂ ਕੁਦਰਤੀ ਉੱਥੇ ਇਕੱਠੇ ਹੋ ਗਏ ਸੀ ਮੈਂ ਵੀ ਉੱਥੇ ਇਕੱਠਾ ਅਤੇ ਮੈਂ ਕਿਹਾ ਭੈਣ ਜੀ ਇਹ ਬੱਚੇ ਨੂੰ ਪੰਜਾਬੀ ਨਹੀਂ ਆਉਂਦੀ ਅਤੇ ਕਹਿੰਦੀ ਨਹੀਂ ਆਉਂਦੀ ਆ ਥੋੜ੍ਹੀ ਬਹੁਤ ਆਉਂਦੀ ਮੈਂ ਕਿਹਾ ਤੁਹਾਨੂੰ ਕਹਿੰਦੀ ਮੈਨੂੰ ਤਾਂ ਪੂਰੀ ਆਉਂਦੀ ਮੈਂ ਕਿਹਾ ਤੁਸੀਂ ਤਾਂ ਪੰਜਾਬੀ ਬੋਲੋ ਪਹਿਲਾਂ ਤੁਸੀਂ ਬੋਲੋਗੇ ਤਾਂ ਫਿਰ ਹੀ ਉਹ ਬੱਚੇ ਬੋਲਣਗੇ ਸੋ ਇਹ ਚੀਜ਼ ਜਿਹੜੀ ਹੈਗੀ ਅਸੀਂ ਇੱਕ ਵੈਸੇ ਸਟੇਟਸ ਦਿਖਾਉਣ ਦੇ ਮਾਰੇ ਵੀ ਅੰਗਰੇਜ਼ੀ ਬਹੁਤ ਸਾਡੇ ਨਿਆਣੇ ਬੋਲਦੇ ਇਹ ਵੀ ਇੱਕ ਨੁਕਸਾਨਦਾਇਕ ਹੈਗੀ ਅੱਛਾ ਅਸੀਂ ਇੱਕ ਜ਼ਰੂਰ ਗੱਲ ਕਰਨੀ ਚਾਹਾਂਗੇ ਜੀ ਪੰਜਾਬ ਦੇ ਮੇਲਿਆਂ ਬਾਰੇ ਜ਼ਰੂਰ ਉੱਥੇ ਆਉਣਾ ਚਾਹਾਂਗੇ ਪੰਜਾਬ ਦੇ ਵਿੱਚ ਕੋਈ ਧਾਰਮਿਕ ਸਮਾਗਮ ਸ਼ਹੀਦੀ ਜੋੜ ਮੇਲਾ ਹੁੰਦਾ ਚਾਹੇ ਛਪਾਰ ਦਾ ਮੇਲਾ ਹੁੰਦਾ ਚਾਹੇ ਕੋਈ ਹੋਰ ਮੇਲਾ ਹੁੰਦਾ ਉੱਥੇ ਤਕਰੀਬਨ ਪੋਲੀਟੀਕਲ ਰੈਲੀਆਂ ਹਾਵੀ ਹੁੰਦੀਆਂ ਤਾਂ ਬਾਕੀ ਮੇਲਿਆਂ ਨੂੰ ਅਗਰ ਅਸੀਂ ਛੱਡ ਦਈਏ ਧਾਰਮਿਕ ਸਮਾਗਮਾਂ ਦੇ ਵਿੱਚ ਧਾਰਮਿਕ ਮੇਲਿਆਂ ਦੇ ਵਿੱਚ ਜਾਂ ਸ਼ਹੀਦੀ ਜੋੜ ਮੇਲਿਆਂ ਵਿੱਚ ਇਹ ਪੋਲੀਟੀਕਲ ਜਿਹੜੀ ਹੈ ਘੁਸਪੈਠ ਕਿੰਨੀ ਕੁ ਜਾਇਜ਼ ਹੈ ਨਹੀਂ ਹੋਣੀ ਚਾਹੀਦੀ ਜੀ ਇਸ ਸਟੇਟ ਦੇ ਵਿੱਚ ਕੁਝ ਚੀਜ਼ਾਂ ਬੜੀਆਂ ਚੰਗੀਆਂ ਲੱਗੀਆਂ ਮੈਨੂੰ ਦੇਖਣ ਨੂੰ ਇਸ ਸਟੇਟ ਦੇ ਵਿੱਚ ਦੂਜੀਆਂ ਸਟੇਟਾਂ ਦੇ ਮੁਕਾਬਲੇ ਇੱਥੇ ਜਦੋਂ ਵੀ ਕੋਈ ਕੌਂਸਲਰ ਖੜਾ ਹੁੰਦਾ ਉਹ ਕਿਸੇ ਪਾਰਟੀ ਦਾ ਟੈਗ ਲੈ ਕੇ ਨਹੀਂ ਖੜਾ ਹੁੰਦਾ ਕੌਂਸਲਰ ਜਿੱਦਾਂ ਕਿ ਪੰਚਾਇਤ ਅੱਛਾ ਉਹਨੂੰ ਪਾਰਟੀ ਉਹਨੂੰ ਛੂ ਵੀ ਨਹੀਂ ਸਕਦੀ ਉਹ ਪਾਰਟੀ ਦੇ ਨਾਲ ਕਨੈਕਟਡ ਹੀ ਨਹੀਂ ਹੋ ਸਕਦਾ ਉਹ ਆਜ਼ਾਦ ਹੀ ਰਹੂਗਾ ਉਹਦੀ ਆਪਣੀ ਪਰਸਨੈਲਿਟੀ ਵਰਕ ਕਰੂਗੀ ਇਸੇ ਤਰ੍ਹਾਂ ਹੀ ਜਦੋਂ ਵੀ ਇੱਥੇ ਮੇਲੇ ਹੁੰਦੇ ਨੇ ਉਹਨਾਂ ਦੇ ਵਿੱਚ ਹੁਣ ਇੱਥੇ ਸਾਡੇ ਦੋ ਪਾਰਟੀਆਂ ਲਿਬਰ ਤੇ ਲੇਬਰ ਪਾਰਟੀ ਜਿਹੜੀ ਦੋਨੋਂ ਪਾਰਟੀ ਦੇ ਰਿਪ੍ਰੈਜ਼ੈਂਟੇਟਿਵ ਇੱਥੇ ਆਉਣਗੇ ਅੱਛਾ ਔਰ ਆਪਣੀ ਗੱਲ ਰੱਖ ਕੇ ਜਾਣਗੇ ਔਰ ਉਹਨਾਂ ਉਸ ਪੂਰੀ ਗੱਲਬਾਤ ਦੇ ਵਿੱਚ ਕੁਝ ਵੀ ਉਹ ਪਾਰਟੀ ਬਾਰੇ ਨਹੀਂ ਗੱਲ ਕਰਨਗੇ ਉਹ ਸਿਰਫ ਬੈਸਟ ਵਿਸ਼ਸ ਦੇਣਗੇ ਮੈਕਸੀਮਮ 2 ਮਿੰਟ ਲੈਣਗੇ ਉਹ ਲੰਬਾ ਲੈਕਚਰ ਨਹੀਂ ਦੇਣਾ ਉਹਨਾਂ ਨੇ ਸਿਰਫ ਆਪਣੀ ਪ੍ਰੈਜ਼ੈਂਸ ਔਰ ਸਾਰਿਆਂ ਨੂੰ ਮਿਲ ਕੇ ਜਾਣਗੇ ਉਹ ਇਹ ਦੇਖੋ ਜੀ ਬੜੀ ਵੱਡੀ ਗੱਲ ਆ ਗਈ ਇਹ ਸਾਨੂੰ ਸਮਝਣਾ ਚਾਹੀਦਾ ਕਿ ਉਹਨਾਂ ਦਾ ਕੰਮ ਹੋਊਗਾ ਇੱਥੇ ਆ ਕੇ ਪਬਲਿਕ ਨੂੰ ਮਿਲਣਾ ਉਹ ਪਬਲਿਕ ਨੂੰ ਮਿਲ ਰਹੇ ਨੇ ਜਿੰਨੇ ਵੀ ਕਾਊਂਟਰ ਲੱਗੇ ਨੇ ਸਾਰਿਆਂ ਨਾਲ ਫੋਟੋ ਖਿਚਾ ਰਹੇ ਨੇ ਔਰ ਉਹ ਤੇ ਉਹ ਇਹ ਨਹੀਂ ਹੈਗਾ ਕਿ ਇੰਡੀਆ ਦੇ ਜਦੋਂ ਇੰਡੀਆ ਨਾਲ ਕੰਪੇਅਰ ਕਰਦੇ ਅਸੀਂ ਉੱਥੇ ਟੋਟਲੀ ਡਿਫਰੈਂਟ ਸਟੋਰੀ ਆ ਇੱਥੇ ਬੜਾ ਈਜ਼ੀ ਟੂ ਐਕਸੈਸ ਆ ਉਹਨਾਂ ਨੂੰ ਲੋਕ ਜਾ ਕੇ ਗੱਲ ਦੱਸ ਸਕਦੇ ਨੇ ਸਾਡੇ ਵੀਜ਼ੇ ਦੀ ਆ ਪ੍ਰੋਬਲਮ ਆ ਰਹੀ ਆ ਉਹ ਪਬਲਿਕ ਦੇ ਵਿੱਚ ਇੱਕ ਜਿਹੜਾ ਕੰਟੈਂਟ ਲੈ ਕੇ ਜਾਂਦੇ ਆ ਫਿਰ ਉਹ ਜਾ ਕੇ ਪਾਰਲੀਮੈਂਟ ਦੇ ਵਿੱਚ ਡਿਸਕਸ ਕਰਦੇ ਆ ਸੋ ਕਿਉਂ ਨਹੀਂ ਤਰੱਕੀ ਕਰੇ ਨਾ ਬਿਲਕੁਲ ਬਿਲਕੁਲ ਵਾਕਈ ਮੈਨੂੰ ਤੁਹਾਡੀ ਗੱਲ 'ਚ ਸਮਾਂ ਥੋੜ੍ਹਾ ਆਪਣੇ ਕੋਲ ਚੇਤੇ ਆ ਗਈ ਵੀ ਉੱਥੇ ਤਾਂ ਪਿੱਦਾਂ ਪ੍ਰੋਗਰਾਮ ਬੁੱਕ ਹੋ ਗਿਆ ਸਾਡਾ ਮੁਕਤਸਰ ਇੱਕ ਦੁਸਹਿਰੇ 'ਤੇ ਤੇ ਅਸੀਂ ਫੋਨ ਕੀਤਾ ਪ੍ਰਬੰਧ ਕਰਦੇ ਅਸੀਂ ਪਹੁੰਚ ਗਏ ਇੱਥੇ ਤਾਂ ਵੀ ਕਿੱਥੋਂ ਆਈਏ ਅੰਦਰ ਕਹਿੰਦੇ ਕਿੱਥੇ ਪਹੁੰਚੇ ਸੀਗੇ ਬੱਸ ਅੱਡੇ ਤੋਂ ਪਹਿਲਾਂ ਹੀ ਆ ਮਤਲਬ 2 ਮੀਲ ਅਤੇ ਉਹ ਕਹਿੰਦਾ ਨਾ 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 ਇਹ ਤਾਂ ਕਾਂਗਰਸੀਆਂ ਦਾ ਦੁਸਹਿਰਾ ਆਪਣਾ ਅੱਗੇ ਆ 3 ਕਿਲੋਮੀਟਰ ਆਪਣਾ ਅਕਾਲੀਆਂ ਦਾ ਅੱਗੇ ਆ ਅਤੇ ਆਪਣੇ ਤਾਂ ਉੱਥੇ ਦੁਸਹਿਰੇ ਮੇਲਿਆਂ ਦੀ ਗੱਲ ਛੱਡੋ ਸਰਪੰਚ ਜਿਹੜੇ ਨੇ ਪਹਿਲਾਂ ਪਿੰਡਾਂ ਦੇ ਵਿੱਚ ਨਹੀਂ ਸੀ ਹੁੰਦੀ ਰਾਜਨੀਤੀ ਪਿੰਡਾਂ ਦੇ ਵਿੱਚ ਸਰਪੰਚ ਪਿੰਡ ਦਾ ਹੁੰਦਾ ਸੀ ਪਿੰਡ ਦਾ ਭਲਾ ਸੁਦੇ ਹੁਣ ਪਿੰਡਾਂ ਦੇ ਵਿੱਚ ਵੀ ਸਰਪੰਚੀ ਤੱਕ ਰਾਜਨੀਤੀ ਆ ਗਈ ਜਿਹੜੀ ਕਿ ਸ਼ਾਇਦ ਨੁਕਸਾਨ ਵੀ ਸਾਡਾ ਬਹੁਤ ਕਰ ਰਹੀ ਹੈ ਅਤੇ ਰੋਬੀ ਜੀ ਅਖੀਰ ਦੇ ਵਿੱਚ ਕੋਈ ਦੋ ਸ਼ਬਦ ਸਾਡੇ ਦਰਸ਼ਕਾਂ ਪੂਰੀ ਦੁਨੀਆ 'ਚ ਬੈਠਿਆਂ ਨੂੰ ਕਹਿਣਾ ਚਾਹੁੰਦੇ ਹੋ ਜ਼ਰੂਰ ਕਹੋ ਫਿਰ ਆਪਾਂ ਸਮਾਪਤੀ ਕਰੀਏ ਜੀ ਬਸ ਅੱਜ ਪੰਜਾਬੀ ਦੀ ਗੱਲ ਹੋਈ ਆ ਪੰਜਾਬੀ ਮੇਲੇ ਦੀ ਗੱਲ ਹੋਈ ਆ ਅਤੇ ਇਹੀ ਕੋਸ਼ਿਸ਼ ਆ ਕਿ ਪੰਜਾਬੀ ਦੇ ਵਿੱਚ ਕਈ ਵਾਰੀ ਤੁਸੀਂ ਥੋਟ ਆਪਣੇ ਬੱਚੇ ਨੂੰ ਦੇਣਾ ਚਾਹੁੰਦੇ ਹੋ ਨਹੀਂ ਦੇ ਪਾਉਂਦੇ ਪਰ ਕੋਸ਼ਿਸ਼ ਕਰੋ ਕਿ ਜ਼ਿਆਦਾ ਤੋਂ ਜ਼ਿਆਦਾ ਪੰਜਾਬੀ ਬੋਲੀ ਜਾਵੇ ਔਰ ਜਦੋਂ ਬੱਚਾ ਤੁਹਾਨੂੰ ਰਿਪਲਾਈ ਅੰਗਰੇਜ਼ੀ 'ਚ ਕਰਦਾ ਯੂਜਲੀ ਕਿਉਂਕਿ ਉਹ ਜ਼ਿਆਦਾ ਅੰਗਰੇਜ਼ੀ 'ਚ ਬੋਲਦੇ ਰਹੇ ਆਪਣੇ ਦੋਸਤਾਂ ਦੇ ਨਾਲ ਤੁਸੀਂ ਆਪਣੇ ਵੱਲੋਂ ਪੰਜਾਬੀ ਨੂੰ ਮੇਨਟੇਨ ਰੱਖੋ ਔਰ ਮੇਰੇ ਖਿਆਲ ਦੇ ਵਿੱਚ ਅੱਜ ਉਹ ਦੌਰ ਨਹੀਂ ਰਿਹਾ ਮੈਂ ਸਪੈਸ਼ਲੀ ਉਹਨਾਂ ਲੋਕਾਂ ਨੂੰ ਕਹੂੰਗਾ ਜਿਹੜੇ ਉਸਨੂੰ ਸਟੇਟਸ ਸਮਝਦੇ ਨੇ ਅੰਗਰੇਜ਼ੀ ਬੋਲਣ ਨੂੰ ਉਹ ਦੌਰ ਲੰਘ ਚੁੱਕਿਆ ਤੁਸੀਂ ਜੇ ਅਜੇ ਵੀ ਉਸੇ ਦੌਰ 'ਚੋਂ ਤਾਂ ਤੁਸੀਂ ਆਊਟਡੇਟਡ ਹੋ ਗਏ ਹੋ ਜੀ
ਨਹੀਂ ਹੈ ਪੰਜਾਬੀ ਬੋਲੋਗੇ ਤੁਹਾਡਾ ਮਾਣ ਵਧੂਗਾ बिल्कुल जी बिल्कुल चलो तुम आ मेला करो जी इंजॉय तो सानू भी भेजो फिर यदि फुटेज असी साडे दर्शकों को जरूर दिखावांगे अज मेले बारे जानकारी देने लिए तुहाडा बहुत बहुत धन्यवाद सत श्रीकाल रॉबी बैनीवाल साहब के नाल मेले के प्रबंधक उतों जुड़े थे साढ़े को आस्ट्रेलिया तो पहला विसाखी मेला हो रहा कोविड तो बाद अगर कित कोई मेला हो रहा तो पहला जिते 4000 तो उपर 4000 तक की परमिशन हैगी है उस मेले के अंदर 4000 बंदा ही आएगा उदू बाद जोड़े चल जाएंगे तो उन्ने ही आटोमैटिकली अंदर होर आ जाएंगे काउंटिंग लगी है जाने की भी तो जो कोई बंद एक भी बाहर निकलेगा तो इधरों जद 39.99 हो जाएगा भी एक बंदा बाहर चले गया जितों एंटर करते हैं बड़ा वधिया सिस्टम बहुत ही वधिया तरीके सारे साढ़े कर रहे हैं उत्थे और उम्मीद करदा जी साढ़े दर्शकों अज का प्रोग्राम भी वधिया लग्या होगा क्योंकि एक वखरा रंग अज के प्रोग्राम का सीगा सो असी एक बार फिर मैं दस देव मैं ईस्ट कोस्ट अज का प्रोग्राम जिहड़ा न्यूयॉर्क स्टूडियो के विच तुहाडे रूबरू किया और नाल दी नाल आने वाले जिहड़े अगले दिन ने वो असी मेरे ख्याल मिशीगन शिकागो वगैरह उस एरिए होवोंगे साढ़े नाल प्रोमो भी चलता होगा ऐड भी चलती होगी मेरा नंबर भी सब कुछ हैगा 209-450-33-62 कितने भी संपर्क कर सकते हो असी हर जगह हुण लगभग तकरीबन 2 हफ्ते असी इधरले एरिए दे विच ही घूमांगे इधरले ही साडे पंजाबियों दे दर्शन मेले करांगे अखीर दे विच सब नूं प्यार भरी सति श्री अकाल खुश रहो खुश रखो रब राखा जीवे पंजाब जीवे पंजाबी नानक नाम चढ़दी कला तेरे पाणी सरबत दा भला।